ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਵਿੰਦਰ ਸਿੰਘ ਸਿਦੂ ਰੋਜ਼ਾਨਾ ਲੋਕਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੇ ਸਾਰੇ ਰੋਜ਼ਾਨਾ ਲੋਕਨਾਦ ਦੇ ਦਰਸ਼ਕਾਂ ਨੂੰ 26 ਜਨਵਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾਂ ਪ੍ਰੋਗਰਾਮ ਦੀ ਜਿਹੜੀ ਹੈ ਸ਼ੁਰੂਆਤ ਪ੍ਰੋਗਰਾਮ ਦੇ ਵਿੱਚ ਜਿਹੜੀ ਖਬਰ ਤੇ ਡਿਸਕਸ ਕਰਾਂਗੇ ਅੱਜ ਦੀ ਸਭ ਤੋਂ ਵੱਡੀ ਤੇ ਅਹਿਮ ਜਿਹੜੀ ਖਬਰ ਹੈ ਉਹ ਤੇ ਚਰਚਾ ਜਿਹੜੀ ਅਸੀਂ ਕਰਨੀ ਹੈ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਆ ਉਹ ਰਿਹਾਈ ਜਿਹੜੀ ਅੱਜ ਨਹੀਂ ਹੋ ਰਹੀ ਇਸ ਤੇ ਅਸੀਂ ਚਰਚਾ ਕਰਨੀ ਹੈ ਕਿ ਰਿਹਾਈ ਹੋ ਕਿਉਂ ਨਹੀਂ ਰਹੀ ਨਵਜੋਤ ਸਿੰਘ ਸਿੱਧੂ ਦਾ ਖਾਸ ਤੌਰ ਤੇ ਇਸ ਦੇ ਵਿਚਕਾਰ ਅੱਜ ਸੁਨੇਹਾ ਆ ਗਿਆ ਜੇਲ੍ਹ ਦੇ ਵਿੱਚੋਂ ਆਪਣੇ ਸਮਰਥਕਾਂ ਨੂੰ ਜੋ ਕਿ ਸਾਡੇ ਜਿਹੜੇ ਸੂਤਰ ਨੇ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਬੇਹੱਦ ਕਰੀਬੀ ਸੂਤਰ ਨੇ ਉਹਨਾਂ ਤੋਂ ਸਾਨੂੰ ਜਿਹੜੇ ਸੁਨੇਹਾ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਦਾ ਅੰਦਰੋਂ ਰਿਹਾਈ ਕੈਨਸਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਆਪਣੇ ਸਮਰਥਕਾਂ ਦੇ ਲਈ ਸੁਨੇਹਾ ਆਇਆ ਕੀ ਸੁਨੇਹਾ ਆਇਆ ਉਹ ਵੀ ਤੁਹਾਨੂੰ ਦੱਸਦੇ ਆਂ ਰਿਹਾਈ ਹੋਈ ਕਿਉਂ ਨਹੀਂ ਉਹ ਵੀ ਤੁਹਾਨੂੰ ਦੱਸਦੇ ਆਂ ਕਿ ਉਹ ਜਾਇਜ਼ ਹੈ ਰਿਹਾਈ ਨਾ ਹੋਣਾ ਜਨ ਤੱਕ ਹੈ ਗੱਲ ਇਸ ਤੇ ਵੀ ਕਰਾਂਗੇ ਤਾਂ ਉਧਰ ਪੰਜਾਬ ਦੀ ਸਿਆਸਤ ਤੇ ਕਿਸ ਤਰੀਕੇ ਦਾ ਅਸਰ ਇਹਦਾ ਪਊਗਾ ਲੋਕਾਂ ਦੇ ਅੰਦਰ ਕੀ ਮੈਸੇਜ ਗਿਆ ਰਿਹਾਈ ਰੁਕਣ ਦਾ ਲੋਕਾਂ ਦੇ ਅੰਦਰ ਗੁੱਸਾ ਸਰਕਾਰ ਪ੍ਰਤੀ ਜਾਂ ਨਹੀਂ ਇਸ ਤੇ ਅਸੀਂ ਜਿਹੜੀ ਆ ਗੱਲਬਾਤ ਕਰਾਂਗੇ ਨਾਲੇ ਨਾਲ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦਾ ਪੰਗਾ ਆਮਾਦੀ ਪਾਰਟੀ ਦੀ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ੱੱਕਾ ਕਰਕੇ ਸਹੇੜ ਲਿਆ ਕਿ ਇਹ ਪੰਗਾ ਸਿਰਫ ਅੱਜ ਦਾ ਦਿਨ ਹੀ ਹੈ ਜਾਂ ਫਿਰ ਅੱਗੇ ਲੋਕਾਂ ਨੂੰ ਜਾਂ ਨਵਜੋਤ ਸਿੰਘ ਸਿੱਧੂ ਨੂੰ ਚੇਤਾ ਰਹੇਗਾ ਜਾਂ ਇਹ ਪੰਗਾ ਇਸ ਨਾਟ ਚੰਗਾ ਵਾਲੀ ਗੱਲ ਹੋਊਗੀ ਇਸ ਪੂਰੀ ਗੱਲ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੈ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਅਣਖੀ ਸਾਹਿਬ ਰਿਹਾਈ ਹੋਈ ਕਿਉਂ ਨਹੀਂ ਯਾ ਫਿਰ ਇਹਦੇ ਅਸਰ ਅੱਗੇ ਕੀ ਪੈਣੇ ਆ ਉਹ ਤੇ ਤਾਂ ਆਪਾਂ ਗੱਲ ਜਿਹੜੀ ਆ ਉਹ ਬਾਅਦ ਚ ਕਰਦੇ ਆ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦਾ ਰਿਹਾਈ ਕੈਂਸਲ ਹੋਣ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਜਿਹੜੇ ਕਿ ਕਾਫੀ ਗੁੱਸੇ ਦੇ ਵਿੱਚ ਨੇ ਕਈ ਥਾਈਂ ਪ੍ਰਦਰਸ਼ਨ ਵੀ ਹੋਇਆ ਔਰ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਕਹਿੰਦੇ ਕਿ ਸੁਨੇਹਾ ਆਇਆ ਜੋ ਕਿ ਅਤੀ ਭਰੋਸਯੋਗ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਜਿਹੜੀ ਕਿ ਅੱਗੇ ਵੀ ਸਾਨੂੰ ਜਿਹੜੀ ਮਿਲਦੀ ਰਹੀ ਹੈ ਉਹਨਾਂ ਨੇ ਸੁਨੇਹਾ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਇਹ ਆਪਣੇ ਸਮਰਥਕਾਂ ਨੂੰ ਦਿੱਤਾ ਹੈ ਕਿ ਭਾਈ ਤੁਸੀਂ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਨਹੀਂ ਕਰਨਾ ਕਿਉਂਕਿ ਸਰਕਾਰ ਤੋਂ ਇਹੀ ਉਮੀਦ ਸੀ ਦੂਜੇ ਪਾਸੇ ਅੱਜ 26 ਜਨਵਰੀ ਦਾ ਦਿਹਾੜਾ ਹੈਗਾ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਨਾਉਣਾ ਔਰ ਮਨਾਉਣ ਦੇਣਾ ਕਿਸੇ ਵੀ ਤਰੀਕੇ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਨਹੀਂ ਕਰਨਾ ਸਰਕਾਰ ਤੋਂ ਇਹੀ ਉਮੀਦ ਸੀ ਪਹਿਲਾਂ ਵੀ ਜਿਹੜਾ 323 ਦੇ ਵਿੱਚ ਸਜ਼ਾ ਹੋਈ ਹੈ ਉਹ ਸਜ਼ਾ ਵੀ ਭਾਰਤ ਦੇ ਵਿੱਚ ਪਹਿਲਾ ਆਦਮੀ ਹੈ ਨਵਜੋਤ ਸਿੰਘ ਸਿੱਧੂ ਜਿਹਨੂੰ 323 ਦੇ ਵਿੱਚ ਕਹਿੰਦੇ ਸਜ਼ਾ ਹੋਈ ਹੈ ਅਦਰਵਾਈਜ਼ ਇਹਦੀ ਕਹਿੰਦੀ ਜਮਾਨਤ ਮੁਨਸ਼ੀ ਵੀ ਲੈ ਲੈਂਦਾ ਹੈ ਪਹਿਲੀ ਵਾਰੀ ਆ ਕੋਈ ਵਿਅਕਤੀ ਦੇਸ਼ ਦੇ ਵਿੱਚ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲਾ ਵਿਅਕਤੀ ਨਵਜੋਤ ਸਿੰਘ ਸਿੱਧੂ ਆ ਜਿਹਨੂੰ 323 ਦੇ ਵਿੱਚ ਜਿਹੜੀ ਹੈ ਉਹ 1 ਸਾਲ ਦੀ ਜਿਹੜੀ ਹੈ ਉਹ ਸਜ਼ਾ ਮਿਲੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਇਹਨਾਂ ਤੋਂ ਇਹੀ ਉਮੀਦ ਸੀ ਔਰ ਮੈਂ ਇਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਕੇ ਕਿਸੇ ਵੀ ਤਰੀਕੇ ਦਾ ਜਿਹੜਾ ਉਹ ਰੋਸ ਪ੍ਰਗਟ ਨਹੀਂ ਕਰਨਾ ਜਿੱਥੇ ਇੰਨਾ ਟਾਈਮ ਨਿਕਲਿਆ ਉੱਥੇ ਥੋੜਾ ਟਾਈਮ ਹੋਰ ਸਹੀ ਔਰ ਅੱਗੇ ਮੈਂ ਆ ਕੇ ਹੋਰ ਜ਼ੋਰ ਸ਼ੋਰ ਦੇ ਨਾਲ ਜਿਹੜੇ ਮੁੱਦੇ ਪੰਜਾਬ ਦੇ ਚੁੱਕਾਂਗਾ ਇਹਨਾਂ ਦੇ ਰੋਕਿਆਂ ਮੈਂ ਰੁਕਣ ਵਾਲਾ ਨਹੀਂ ਝੁਕਣ ਵਾਲਾ ਨਹੀਂ ਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੋਰ ਵੀ ਕਈ ਉਹਨਾਂ ਨੇ ਕਈਆਂ ਨੇ ਯਾਨੀ ਕਿ ਖਾਸ ਤੌਰ ਤੇ ਉਹਨਾਂ ਨੇ ਇਹ ਕਹਿਤਾ ਕਿ ਮੈਂ ਅੰਦਰ ਚੜ੍ਹਦੀ ਕਲਾ ਦੇ ਵਿੱਚ ਆ ਇਸ ਦੀ ਰਿਹਾਈ ਦੀ ਰੋਕਣ ਦੇ ਨਾਲ ਮੈਨੂੰ ਕੋਈ ਵੀ ਤਰੀਕੇ ਦੀ ਢਾਹ ਨਹੀਂ ਲੱਗੀ ਸਰਕਾਰ ਤੋਂ ਮੈਨੂੰ ਪਹਿਲਾਂ ਹੀ ਇਹ ਉਮੀਦ ਸੀਗੀ ਔਰ ਇਹ ਵੀ ਗੱਲ ਜਿਹੜੀ ਸਮਰਥਕਾਂ ਨੂੰ ਕਹੀ ਗਈ ਹੈ ਕਿ ਤੁਸੀਂ ਪ੍ਰਦਰਸ਼ਨ ਕਿਸੇ ਕਿਸਮ ਦਾ ਨਹੀਂ ਕਰਨਾ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਆਪਾਂ ਜੋਰ ਸ਼ੋਰ ਦੇ ਨਾਲ ਜਿਹੜੇ ਮੁੱਦੇ ਬਾਹਰ ਆ ਕੇ ਚੁੱਕਣੇ ਆ ਔਰ 26 ਜਨਵਰੀ ਦਾ ਜਿਹੜਾ ਗਣਤੰਤਰ ਦਿਵਸ ਹੈ ਇਹਨੂੰ ਸਹੀ ਤੰਗ ਦੇ ਨਾਲ ਮਨਾਉਣਾ ਔਰ ਮਨਾਉਣ ਦੇਣਾ ਕਿਸੇ ਵੀ ਤਰੀਕੇ ਦਾ ਵਿਰੋਧ ਪ੍ਰਦਰਸ਼ਨ ਜਾਂ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਨਹੀਂ ਕਰਨਾ ਇਹਨਾਂ ਤੋਂ ਇਹੀ ਜਿਹੜੀ ਹੈ ਉਹ ਉਮੀਦ ਸੀ ਸੰਵਿਧਾਨ ਨੂੰ ਇਹ ਨਹੀਂ ਮੰਨਦੇ ਕਿਉਂਕਿ ਕਾਨੂੰਨ ਮੁਤਾਬਕ ਰਿਹਾਈ ਬਣਦੀ ਸੀ ਨਵਜੋਤ ਸਿੰਘ ਸਿੱਧੂ ਦੀ ਇਸ ਵਕਤ ਇਸ ਕਰਕੇ ਉਹ ਕਹਿ ਰਿਹਾ ਕਿ ਸੰਵਿਧਾਨ ਨੂੰ ਕਾਨੂੰਨ ਨੂੰ ਇਹ ਨਹੀਂ ਮੰਨਦੇ ਵਿੰਡੇਟਾ ਪੋਲਿਟਿਕਸ ਚੱਲ ਰਹੀ ਹੈ ਅਨਕੀ ਸਾਹਿਬ ਕਿਵੇਂ ਦੇਖਦੇ ਆ ਕਿ ਕਾਨੂੰਨ ਦੇ ਮੁਤਾਬਕ ਜਿਹੜੀ ਇਹ ਰਿਹਾਈ ਬਣਦੀ ਸੀ ਤੇ ਉਹ ਜਿਹੜੀ ਹੈ ਨਹੀਂ ਦਿੱਤੀ ਗਈ ਕਿਉਂਕਿ 60 ਸਾਲਾਂ ਤੋਂ ਥੱਲੇ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੀ 1 ਸਾਲ ਦੀ ਸਜ਼ਾ ਸੀ ਜਿਨ੍ਹਾਂ ਦੀ 66% ਸਜ਼ਾ ਪੂਰੀ ਹੋ ਚੁੱਕੀ ਸੀ ਛੁੱਟੀਆਂ ਤੋਂ ਬਿਨਾਂ ਤਾਂ ਉਹਨਾਂ ਦੀ ਜਿਹੜੀ ਹੈ ਰਿਹਾਈ ਜਿਹੜੀ ਅੱਜ ਬਣਦੀ ਸੀਗੀ ਤਾਂ ਨਵਜੋਤ ਸਿੰਘ ਸਿੱਧੂ ਦੀ ਉਸ ਕੈਟਾਗਰੀ ਦੇ ਤਹਿਤ ਰਿਹਾਈ ਬਣਦੀ ਸੀ ਔਰ ਕੁਝ ਉਸ ਨੋਟੀਫਿਕੇਸ਼ਨ ਦੇ ਵਿੱਚ ਧਰਾਵਾਂ ਵੀ ਲਿਖੀਆਂ ਸੀ ਜਿਹੜੇ ਹੇਨियस ਕ੍ਰਾਈਮ ਨੇ ਵੱਡੇ ਕ੍ਰਾਈਮ ਨੇ ਕਿ ਇਹ ਇਹ ਜਿਹਦੇ ਤੇ ਕ੍ਰਾਈਮ ਲੱਗਿਆ ਹੈ ਜਾਂ ਧਰਾਵਾਂ ਲੱਗੀਆਂ ਨੇ ਉਹਨਾਂ ਨੂੰ ਰਿਹਾਈ ਨਹੀਂ ਹੋਣੀ ਪਰ ਨਵਜੋਤ ਸਿੰਘ ਸਿੱਧੂ ਉਸ ਕੈਟਾਗਰੀ ਦੇ ਵਿੱਚ ਵੀ ਆਉਂਦੇ ਸੀਗੇ ਉਹਨਾਂ ਤੇ ਸਿਰਫ ਔਰ ਸਿਰਫ 323 ਦਾ ਜਿਹੜਾ ਉਹ ਧਾਰਾ ਦਰਜ ਸੀਗੀ ਔਰ ਉਹਦੇ ਤਹਿਤ ਹੀ ਸਜ਼ਾ ਹੋਈ ਹੈ ਔਰ ਉਹ ਵੀ ਪਹਿਲੇ ਦੇਸ਼ ਦੇ ਵਿੱਚ ਵਿਅਕਤੀ ਨੇ ਜਿਹਨਾਂ ਨੂੰ 323 ਦੇ ਵਿੱਚ ਸਜ਼ਾ ਹੋਈ ਹੈ ਔਰ ਉਸ ਕੈਟਾਗਰੀ ਦੇ ਵਿੱਚ ਵੀ ਆਉਂਦੇ ਸੀ ਇਸ ਕਰਕੇ ਰਿਹਾਈ ਉਹਨਾਂ ਦੀ ਜਿਹੜੀ ਆ ਬਣਦੀ ਸੀ ਪਰ ਕਾਨੂੰਨ ਦੇ ਮੁਤਾਬਿਕ ਰਿਹਾਈ ਨਾ ਹੋਣਾ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਆਪਣੇ ਆਪ ਨੂੰ ਜੇਲ੍ਹ ਦੇ ਵਿੱਚੋਂ ਚੜ੍ਹਦੀ ਕਲਾ 'ਚ ਸ਼ੋਅ ਕਰਨਾ ਔਰ ਆਪਣੇ ਸਮਰਥਕਾਂ ਨੂੰ ਇਹ ਕਹਿਣਾ ਕਿ ਰੋਸ਼ਨੀ ਪ੍ਰਗਟ ਕਰਨਾ ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਅੱਗੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਇਹ ਦੱਸੋ ਕਿ ਰਿਹਾਈ ਨਾ ਹੋਣਾ ਤੁਸੀਂ ਕਿਵੇਂ ਦੇਖਦੇ ਹੋ ਔਰ ਨਵਜੋਤ ਸਿੰਘ ਸਿੱਧੂ ਦੇ ਸੁਨੇਹੇ ਨੂੰ ਚੜ੍ਹਦੀ ਕਲਾ ਦੇ ਸੁਨੇਹੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਆ ਦੇਖੋ ਸੁਖਵਿੰਦਰ ਜੀ ਜਿਹੜੀ ਰਿਹਾਈ ਨਾ ਹੋਣਾ ਜੇਕਰ ਸੰਵਿਧਾਨ ਦੀ ਪ੍ਰਕਿਰਿਆ ਹੈਗੀ ਆ ਔਰ ਬਕਾਇਦਾ ਤੌਰ ਤੇ ਇਹ ਬੀਤੇ ਦੌਰ ਵਿੱਚ ਇਸ ਤਰੀਕੇ ਨਾਲ ਹੁੰਦਾ ਰਿਹਾ ਤੇ ਐਤਾਂ ਜ਼ਿਕਰ ਨਹੀਂ ਹੋਇਆ ਤਾਂ ਫार ਤੇ ਸਪਸ਼ਟ ਤੇ ਸਾਫ ਗੱਲ ਉਹੀ ਆ ਕਿ ਸਰਕਾਰ ਦੀ ਮਨਮਰਜ਼ੀ ਚੱਲੀ ਹੈ ਸਰਕਾਰ ਨੇ ਬਦਲ ਲੋ ਕਾਰਵਾਈ ਦੇ ਤਹਿਤ ਕਿਸੇ ਲੁਕਵੇਂ ਅਜੰਡੇ ਦੇ ਤਹਿਤ ਅਖੀਰ ਕਾਨੂੰਨ ਨੂੰ ਉਸ ਹੱਦ ਤੱਕ ਲਾਗੂ ਨਹੀਂ ਕੀਤਾ ਜਿਹੜੇ ਹੱਦ ਤੱਕ ਹੋਣਾ ਚਾਹੀਦਾ ਸੀ ਹਾਲਾਂਕਿ ਹਰਪਾਲ ਸਿੰਘ ਚੀਮਾ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਕੱਲ ਹੀ ਇਹ ਗੱਲ ਕਹਿ ਦਿੱਤੀ ਸੀ ਵੇਖੋ ਜੀ ਅਦਾਲਤ ਨੇ ਸਜ਼ਾ ਦਿੱਤੀ ਤੇ ਅਦਾਲਤ ਦੀ ਸਜ਼ਾ ਭੁਗਤ ਕੇ ਆਉਣਗੇ ਸਰਕਾਰ ਦੇ ਜਿਹੜੇ ਮੰਛੇ ਸੀ ਉਸ ਵਕਤ ਪੂਰੇ ਹੋ ਚੁੱਕੇ ਸਨ ਇੱਕ ਪਾਸੇ ਤਾਂ ਤੁਸੀਂ ਅਦਾਲਤ ਦੇ ਉਸ ਫੈਸਲੇ ਦੀ ਗੱਲ ਕਰ ਰਹੇ ਜੇ ਤੇ ਦੂਜੇ ਪਾਸੇ ਉਹ ਕਾਨੂੰਨੀ ਪ੍ਰਕਿਰਿਆ ਜਿਹਦੇ ਤਹਿਤ ਹਰ ਸਾਲ ਕੈਦੀ ਜਿਹੜੇ ਰਿਹਾਅ ਹੁੰਦੇ ਨੇ ਐਰਕਾ ਤੁਸੀਂ ਉਹ 53 ਕੈਦੀ ਹੀ ਰਿਹਾਅ ਨਹੀਂ ਕੀਤੇ ਜਿਨ੍ਹਾਂ ਵਿੱਚ ਕੁਦਰਤੀ ਤੌਰ ਤੇ ਉਨੀ ਮਾ 22 ਨੰਬਰ ਜਿਹੜਾ ਨਵਜੋਤ ਸਿੱਧੂ ਦਾ ਸੀ ਤਾਂ ਜਾਂ ਤੇ ਇਹਦੇ ਮਕਰ ਬਦਲਾ ਲਓ ਜਿਹੜੀ ਰਾਜਨੀਤੀ ਦੇ ਤਹਿਤ ਉਹੋ ਹੀ ਗੱਲ ਕਹੀ ਜਾ ਸਕਦੀ ਆ ਕਿ ਤੁਸੀਂ ਜਾਣ ਬੁਝ ਕੇ ਉਸ ਵਿਅਕਤੀ ਨੂੰ ਬਾਹਰ ਹੀ ਨਹੀਂ ਆਉਣ ਦਿੱਤਾ ਜਿਹਦੇ ਆਉਣ ਦੇ ਨਾਲ ਕੁਦਰਤੀ ਤੌਰ ਤੇ ਪੰਜਾਬ ਦਾ ਰਾਜਨੀਤਿਕ ਜਿਹੜੇ ਸਮੀਕਰਨ ਬਦਲਣ ਤੇ ਜਿਹੜੇ ਅਸਾਰ ਜਿਹੜੇ ਪੂਰਨ ਤੌਰ ਤੇ ਬਣ ਰਹੇ ਸਨ ਕਿਉਂਕਿ ਇਸ ਵੇਲੇ ਇੱਕ ਪਾਸੇ ਤਾਂ ਕਾਂਗਰਸ ਦੇ ਵਿੱਚ ਜਿੱਥੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਜਾ ਰਿਹਾ ਸੀ ਦੂਜੇ ਪਾਸੇ ਪੰਜਾਬ ਦੇ ਕਈ ਅਜਿਹੇ ਮੁੱਦੇ ਇਸ ਵੇਲੇ ਚੱਲ ਰਹੇ ਨੇ ਜਿਨ੍ਹਾਂ ਮੁੱਦਿਆਂ ਨੂੰ ਨਖਜੋਤ ਸਿੱਧੂ ਬੀਤੇ ਦੌਰ ਚ ਬੜੀ ਝੋਰ-ਸ਼ੋਰ ਨਾਲ ਚੁੱਕਦੇ ਰਹੇ ਆ ਤਾਂ ਸ਼ਾਇਦ ਇਹੋ ਹੀ ਗੱਲ ਇਹੋ ਹੀ ਇੱਕ ਡਰ ਦੀ ਭਾਵਨਾ ਸੀ ਆ ਉੱਪਰ ਪਰਦੇ ਦੇ ਪਿੱਛੇ ਰਾਜਨੀਤੀ ਕੀ ਹੋਈ ਹੈ ਜਾਂ ਕੀ ਨਹੀਂ ਹੋਈ ਪਰ ਇਸ ਦੀ ਟੋਟਲ ਜ਼ਿੰਮੇਵਾਰੀ ਜਿਹੜੀ ਹੈ ਮੌਜੂਦਾ ਪੰਜਾਬ ਸਰਕਾਰ ਤੇ ਜਾਂਦੀ ਆ ਜਿਸ ਨੇ ਚਾਲ ਬੁਝ ਕੇ ਅਜਿਹੇ ਹਾਲਾਤ ਜਿਹੜੇ ਪੈਦਾ ਕੀਤੇ ਕੱਲ ਵੀ ਜਿਹੜੀ ਫਾਈਲ ਜਿਹੜੀ ਰਾਜਪਾਲ ਸਾਹਿਬ ਕੋਲ ਨਹੀਂ ਗਈ ਹੁਣ ਇਹ ਗੱਲ ਕਿਹਾ ਜਾਂਦਾ ਕਿ ਰਾਜਪਾਲ ਸਾਹਿਬ ਨੇ ਇਹ ਗੱਲ ਕਿ ਕੱਲੇ-ਕੱਲੇ ਕੈਦੀ ਦੀ ਮੈਨੂੰ ਸਫਾਰਸ਼ ਭੇਜੋ ਕਿ ਕੈਬਨਟ ਕਿਹੜੇ ਆਧਾਰ ਤੇ ਉਹਨਾਂ ਨੂੰ ਰਿਹਾਅ ਕਰਨ ਦਾ ਬੂਲ ਬਣਾ ਰਹੀ ਹੈ ਕੱਲੇ-ਕੱਲੇ ਕੈਦੀ ਦਾ ਮੇਰਵਾ ਰਾਜਪਾਲ ਸਾਹਿਬ ਨੇ ਮੰਗਿਆ ਤੇ ਜੇਕਰ ਉਸ ਵੀਰ ਵੀ ਨੂੰ ਤੁਸੀਂ ਦਿੱਤਾ ਹੀ ਨਹੀਂ ਤਾਂ ਫਿਰ ਰਾਜਪਾਲ ਉਥੇ ਕਿਹੜੀ ਗੁਰਦਤ ਤੇ ਫਾਈਲ ਤੇ ਸਾਈਨ ਕਰੇਗਾ ਮੈਨੂੰ ਤਾਂ ਸੁਖਵਿੰਦਰ ਜੀ ਇਸ ਤਰ੍ਹਾਂ ਲੱਗਦਾ ਕਿ ਇਹ ਸਾਰੇ ਇਸ ਪੱਧਰ ਤੇ ਮਿਲ ਜੁਲ ਕੇ ਇਹ ਕੰਮ ਜਿਹੜਾ ਉਹ ਚਲਿਆ ਕਿਸੇ ਇੱਕ ਬੰਦੇ ਨੂੰ ਅਸੀਂ ਜਾਂ ਪੰਜਾਬ ਸਰਕਾਰ ਨੂੰ ਗੱਲ ਕਹੀਏ ਜਾਂ ਦੂਸਰੇ ਪਾਸੇ ਅਹੀ ਰਾਜਪਾਲ ਹੋਣਾ ਨੂੰ ਗੱਲ ਕਹੀਏ ਇਹ ਮੈਨੂੰ ਸਾਰੇ ਹੀ ਇੱਕੋ ਜੁੜਲੀ ਦੇ ਵਿੱਚ ਇਹ ਲੱਗਦਾ ਕਿ ਜਿਵੇਂ ਇੱਕ ਸਿਆਸੀ ਚਾਲ ਜਿਹੜੀ ਆ ਉਹ ਖੇਢੀ ਗਈ ਆ ਕਿਉਂਕਿ ਇੱਕ ਪਾਸੇ ਤਾਂ ਹਰਿਆਣਾ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀਆਂ ਸਜ਼ਾਵਾਂ ਭੁਗਤ ਰਹੇ ਬੰਦੇ ਨੇ ਉਹਨਾਂ ਨੂੰ ਇਸ 26 ਜਨਵਰੀ ਦੇ 30 30 ਦਿਨ 90 90 ਦਿਨ 45 45 ਦਿਨ ਉਹਨਾਂ ਦੀ ਕੈਦ ਦੇ ਹਿਸਾਬ ਨਾਲ ਉਹਨਾਂ ਦੀ ਸਜ਼ਾ ਪੱਕੇ ਤੌਰ ਤੇ ਮਾਫ ਕਰਨ ਦਾ ਕਾਨੂੰਨ ਜਿਹੜਾ ਉਹ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੁਣ ਜਿਸ ਤਰੀਕੇ ਨਾਲ ਬਾਬੇ ਦੀ ਸਜ਼ਾ ਜਿਹੜੀ 90 ਦਿਨ ਉਹਦੀ ਮਾਫ ਕਰ ਦਿੱਤੀ ਗਈ ਆ ਇੱਕ ਪਾਸੇ ਤੇ ਹਰਿਆਣਾ ਸਰਕਾਰ ਵਿੱਚ ਇਹ ਹੋ ਰਿਹਾ ਤੇ ਦੂਜੇ ਪਾਸੇ ਪੰਜਾਬ ਸਰਕਾਰ ਜਿਹਨੇ 52 59 ਕੈਦੀਆਂ ਨੂੰ ਰਿਹਾਅ ਕਰਦਾ ਹੈ ਜਿਹਦੇ ਵਿੱਚ ਨਵਜੋਤ ਸਿੱਧੂ ਦੀ ਵੀ ਗੱਲ ਬੰਦੀ ਸੀ ਉਹ ਨਹੀਂ ਕੀਤੀ ਤਾਂ ਕੋਤਤੇ ਤੌਰ ਤੇ ਸਬਦਾਨ ਦੀ ਤਾਂ ਉਹ ਲੱਗਣਾ ਹੈ ਹੀ ਆ ਉਹਨਾਂ ਸਬਦਾਨ ਦੀ ਤੁਸੀਂ ਨਾ ਗੱਲ ਕਰੋ ਉਹ ਲੋਕਤੰਤਰੀ ਕਤਰਾ ਕੀਮਤਾ ਜਿਹੜੀਆਂ ਲੋਕਾਂ ਦੇ ਵਿੱਚ ਸਵਾਲ ਤਾਂ ਅਣਖੀ ਸਾਹਿਬ ਉੱਠਦੀ ਆ ਕਿਉਂਕਿ ਇੱਕ ਪਾਸੇ ਜਿਹੜਾ ਬਲਾਤਕਾਰ ਸਮੇਤ ਜਿਹੜਾ ਹੈਗਾ ਸਜ਼ਾਾਂਵਾਂ ਕੱਟ ਰਿਹਾ ਹੈ ਕਈ ਹੋਰ ਹਿਨियस ਕਰਾਇਮ ਦੇ ਵਿੱਚ ਯਾਨੀ ਕਿ ਇੱਕ ਪਾਸੇ ਤਾਂ ਇਹ ਹੈ ਕਿ ਇੱਕ ਬਲਾਤਕਾਰ ਔਰ ਕਤਲ ਦੇ ਕੇਸ ਦੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਜਿਨ੍ਹਾਂ ਸਰਕਾਰਾਂ ਜਿਹੜੀਆਂ ਸਜ਼ਾ ਦੀ ਮਾਫੀ ਦੇ ਦਿੰਦੀਆਂ ਨੇ ਸਜ਼ਾ ਥੋੜੀ ਉਹਦੀ ਘਟਾ ਦਿੰਦੀਆਂ ਨੇ ਤੇ ਦੂਜੇ ਪਾਸੇ ਉਹ ਬੰਦਾ ਜਿਹੜਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਵਾ ਕੇ ਆਟਿਆ ਦੇਸ਼ ਦੀ ਇੰਨਾ ਖੇਡਿਆ ਔਰ ਉਹਦਾ ਜਿਹੜਾ ਜੇ ਆਪਾਂ ਕਹੀਏ ਕਿ ਇੱਕ ਜਿਹੜਾ ਉਹਦਾ ਕਿਰਦਾਰ ਹੈ ਉਹ ਵੀ ਇੱਕ ਵਧੀਆ ਜੇਲ੍ਹ ਦੇ ਵਿੱਚ ਵੀ ਵਧੀਆ ਕਿਰਦਾਰ ਉਹਨਾਂ ਦਾ ਜਿਹੜਾ ਰਿਹਾ ਔਰ ਜਿਹੜੇ ਕਹਿੰਦੇ ਕਿ ਜੇਲ੍ਹ ਪ੍ਰਸ਼ਾਸਨ ਨੇ ਵੀ ਇੱਕ ਵਧੀਆ ਕਿਰਦਾਰ ਲਿਖ ਕੇ ਭੇਜਿਆ ਔਰ ਇੱਕ ਪਾਸੇ ਤਾਂ ਬਿਆਦਵੀ ਜਿਹਦੇ ਤੇ ਇਲਜ਼ਾਮ ਲੱਗਦੇ ਆ ਜਿਹਦੇ ਤੇ ਬਲਾਤਕਾਰ ਦੇ ਇਲਜ਼ਾਮ ਲੱਗਦੇ ਆ ਜਿਹਦੇ ਉੱਪਰ ਜਿਹੜਾ ਹੈਗਾ ਕਤਲ ਦੇ ਇਲਜ਼ਾਮ ਲੱਗਦੇ ਆ ਉਹਨੂੰ ਸਜ਼ਾ ਮੁਆਫ ਕਰਨਾ ਔਰ ਦੂਜੇ ਪਾਸੇ ਇੱਕ ਵਧੀਆ ਕਿਰਦਾਰ ਦੇ ਬੰਦੇ ਨੂੰ ਔਰ ਜਿਹਨੇ ਦੇਸ਼ ਲਈ ਇੰਨਾ ਟਾਈਮ ਖੇਡਿਆ ਵੀ ਔਰ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜੇ ਬੰਦੇ ਨੇ ਖਲਾਇਆ ਇੰਨਾ ਕਿਉਂਕਿ ਉਹ ਵੀ ਇੰਟਰਨੈਸ਼ਨਲ ਮੁੱਦਾ ਸੀਗਾ ਔਰ ਉਹਦੇ ਉਹ ਹੀਰੋ ਵੀ ਸੀਗੇ ਔਰ ਇੰਨਾ ਵਧੀਆ ਕਿਰਦਾਰ ਰੱਖਣ ਵਾਲੇ ਵਿਅਕਤੀ ਨੂੰ ਮੋਟੀਵੇਸ਼ਨਲ ਸਪੀਕਰ ਜਿਹੜੇ ਹੋਏਗੇ ਆ ਉਸ ਨੂੰ ਇਸ ਤਰੀਕੇ ਦੇ ਨਾਲ ਬੰਦੀ ਬਣਾ ਕੇ ਰੱਖਣਾ ਕਿਉਂਕਿ سزا ਪੂਰੀ ਕਰ ਚੁੱਕੀ ਤੁਸੀਂ ਬੰਦੀ ਬਣਾ ਕੇ ਆਪਾਂ ਕਵਾਂਗੇ ਕਿਵੇਂ ਦੇਖ ਦੋ ਇਹਨਾਂ ਦੋਨਾਂ ਚੀਜ਼ਾਂ ਸੁਖਵਿੰਦਰ ਜੀ ਇਹ ਤੇ ਕੁਦਰਤੀ ਤੌਰ ਤੇ ਮੈਂ ਦੱਸ ਹੀ ਰਿਹਾ ਕਿ ਲੋਕਤੰਤਰੀ ਘੱਟਰਾ ਕੀਮਤਾ ਦਾ ਕਾਣ ਹੈਗਾ ਕਿਉਂਕਿ ਇੱਕ ਪਰੰਪਰਾ ਹੈ ਇੱਕ ਟ੍ਰੈਡੀਸ਼ਨ ਹੈਗੀ ਹੈ ਇਹ ਕੋਈ ਕਿਸੇ ਦੇ ਉੱਤੇ ਤਰਸਤਾ ਕੀਤਾ ਨਹੀਂ ਜਾ ਰਿਹਾ ਇਹ ਜਿਹੜੀ ਸੰਵਿਧਾਨਤੀ ਜਾਂ ਕੇਂਦਰਤੀ ਜਿਹੜੀ ਨੀਤੀ ਹੈ ਕਿ ਜਿਸ ਬੰਦੇ ਨੇ ਇੰਨੀ ਸਜ਼ਾ ਦਾ ਇੰਨਾ ਹਿੱਸਾ ਕੱਟ ਲਿਆ ਸਰਕਾਰ ਅਗਰ ਚਾਵੇ ਉਹਨਾਂ ਨੂੰ ਰਿਹਾਅ ਕਰ ਸਕਦੀ ਮੈਂ ਚਾਵੇ ਸ਼ਬਦ ਨੂੰ ਕੌਮਿਆਂ ਚਲਾਇਆ ਇਸ ਦਾ ਸਾਫ ਅਰਥ ਆ ਕਿ ਸਰਕਾਰ ਨਹੀਂ ਸੀ ਚੰਦੀ ਕਿ ਨਵਜੋ ਸਿੱਧੂ ਬਾਹਰ ਆਵੇ ਕੇਵ ਸੂਰਚ ਨਹੀਂ ਚੁੰਦੀ ਉਹ ਕਿਉਂਕਿ ਉਹ ਕਿਉਂ ਉਹਨਾਂ ਨੂੰ ਇਹੋ ਜਿਹੇ ਰਿਹਾਈ ਦਾ ਮੌਕਾ ਦੇ ਕੇ ਆਪਣੇ ਵਾਸਤੇ ਪ੍ਰੋਬਲਮ ਜਿਹੜੀ ਕ੍ਰੀਏਟ ਕਰਨਗੇ ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਜਿਹੜਾ ਉਹ ਹੋਇਆ ਕਿਉਂਕਿ ਜੇ ਨਵਜੋ ਸਿੱਧੂ ਬਾਹਰ ਆਉਂਦਾ ਤਾਂ ਕੁਦਰਤੀ ਤੌਰ ਤੇ 30 ਜਨਵਰੀ ਦੀ ਜਿਹੜੀ ਰੈਲੀ ਹੋਣੀ ਉਹਦੇ ਵਿੱਚ ਵੀ ਸ਼ਾਮਲ ਹੋ ਉਸੀ ਕਰ ਦਿਆਣਕ ਸਾਬ ਇਹ ਤੇ ਆਪਾਂ ਗੱਲ ਕਰਦੇ ਆ ਕਿਉਂਕਿ ਇਹ ਉਹ ਚੀਜ਼ਾਂ ਨਹੀਂ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਉਹ ਕਿਉਂ ਨਹੀਂ ਰਹਾਏ ਹੋਏ ਉਹਦੇ ਵਿੱਚ ਆਉਂਦੀ ਹੈ ਇਹ ਚੀਜ਼ ਪਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਇੱਕ ਚੀਜ਼ ਰਹਿ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਨਾਲ ਆਪਣੇ ਵਰਕਰਾਂ ਨੂੰ ਸੁਨੇਹਾ ਜਿਹੜਾ ਭੇਜਿਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਹੋ ਜੇ ਮੌਕੇ ਤੇ ਵੀ ਚੜ੍ਹਦੀ ਕਲਾ ਦੇ ਵਿੱਚ ਸੁਨੇਹਾ ਭੇਜਣਾ ਔਰ ਆਪਣੇ ਵਰਕਰਾਂ ਨੂੰ ਰੋਸ ਪ੍ਰਦਰਸ਼ਨ ਨਾ ਕਰਨਾ ਕਹਿਣਾ ਔਰ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਵੀ ਕੋਈ ਰੋਸ ਨਹੀਂ ਮੈਨੂੰ ਉਮੀਦ ਹੀ ਇਹ ਸੀ ਇਹਨਾਂ ਤੋਂ ਉਸ ਨੂੰ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਹੌਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਹੌਸਲਾ ਤਾਂ ਬਲੰਦੀਆਂ ਨੂੰ ਛੂਣ ਵਾਲਾ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਮਹੀਨੇ ਜਾਂ ਡੇਢ ਮਹੀਨੇ ਤੋਂ ਸਮਰਥਕਾਂ ਦੇ ਵਿਚਕਾਰ ਇੱਕ ਖੁਸ਼ੀ ਦੀ ਲਹਿਰ ਸੀ ਇਵਨ ਕਿ ਕੱਲ ਦੇਰ ਸ਼ਾਮ ਤੱਕ ਵੀ ਲੋਕ ਜਾਂ ਉਹਨਾਂ ਦੇ ਸਮਰਥਕ ਇਹੋ ਹੀ ਸੋਚ ਰਹੇ ਸਨ ਕਿ ਸਵੇਰੇ ਕੋਈ ਨਾ ਕੋਈ ਚਮਤਕਾਰ ਜ਼ਰੂਰ ਹੋਏਗਾ ਨਵਜੋਤ ਸਿੱਧੂ ਜ਼ਰੂਰ ਬਾਹਰ ਆਉਣਗੇ ਜਿਸ ਤਰੀਕੇ ਦੀਆਂ ਤਿਆਰੀਆਂ ਪਟਿਆਲਾ ਜਾਂ ਅੰਮ੍ਰਿਤਸਰ ਦੇ ਵਿੱਚ ਹੋਈਆਂ ਵਾਖਾ ਲੁਧਿਆਣੇ ਦੇ ਵਿੱਚ ਵੀ ਜਿਹੜੇ ਪੋਸਟਰ ਜਿਹੜੇ ਉਹ ਲਾਏ ਗਏ ਤਾਂ ਕੁਦਰਤੀ ਤੌਰ ਤੇ ਸਮਰਥਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਸੀ ਇੱਕ ਆਸ ਦੀ ਕਿਰਨ ਸੀ ਕਿ ਨਵਜੋਤ ਸਿੱਧੂ 26 ਜਨਵਰੀ ਨੂੰ 12 ਵਜੇ ਜਾਂ ਸ਼ਾਮੀ 7 ਵਜੇ ਬਾਹਰ ਆਉਣਗੇ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਤੋਂ ਇੱਕ ਰੌਲਾ ਜਿਹੜਾ ਉਹ ਚੱਲਦਾ ਪਿਆ ਸੀ ਪਰ ਐਨ ਅਖੀਰ ਦੇ ਮੌਕੇ ਤੇ ਜਦੋਂ ਉਹਨਾਂ ਦੀ ਰਹਾਈ ਕੈਨਸਲ ਹੁੰਦੀ ਆ ਤਾਂ ਇੱਕ ਗੁੱਸਾ ਇੱਕ ਰੋਸ ਇੱਕ ਜਿਹੜਾ ਸਰਕਾਰ ਦੇ ਪ੍ਰਤੀ ਕੁਦਰਤੀ ਤੌਰ ਤੇ ਪੈਦਾ ਹੁੰਦਾ ਮੇਰੇ ਮਨ ਚ ਵੀ ਹੋ ਸਕਦਾ ਜਿਹੜੇ ਉਸ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਮਨ ਚ ਵੀ ਪੈਦਾ ਜ਼ਰੂਰ ਹੋਇਆ ਹੋਵੇਗਾ ਤਾਂ ਫਿਰ ਇਹੋ ਜਿਹੇ ਮੌਕੇ ਤੇ ਜਦੋਂ ਇੱਕ ਪਾਸੇ ਤਾਂ ਦੇਸ਼ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੋਵੇ ਬੜੇ ਘਟ ਬਣਾ ਰਿਹਾ ਹੋਵੇ ਤੇ ਦੂਜੇ ਪਾਸੇ ਸਮਰਥਕਾਂ ਦੇ ਵਿੱਚ ਇੱਕ ਗੁੱਸਾ ਜਿਹੜਾ ਪੈਦਾ ਹੋਵੇ ਤੇ ਜੇਕਰ ਉਹ ਛੜਕਾ ਤੇ ਉੱਤਰ ਕੇ ਪ੍ਰਦਰਸ਼ਨ ਕਰਦੇ ਆ ਤਾਂ ਕੁਦਰਤੀ ਤੌਰ ਤੇ ਸੁਖਿੰਦਰ ਜੀ ਇਹ ਸਰਕਾਰ ਵਾਸਤੇ ਵੀ ਇੱਕ ਨੁਕਸਾਨ ਦੀ ਗੱਲ ਤੇ ਦੂਜੇ ਪਾਸੇ ਲੋਕ ਇਹ ਵੀ ਕਹਿੰਦਾ ਮੌਕਾ ਮਿਲੇਗਾ ਕਿ ਸ਼ਾਇਦ ਉਹਨਾਂ ਦੇ ਸਮਰਥਕ ਮੁਕਲਾੜਚ ਨਹੀਂ ਇਸ ਕਰਕੇ ਇਹ ਗੱਲ ਹੋਈ ਤਾਂ ਸ਼ਾਇਦ ਇਸੇ ਹੀ ਗੱਲ ਕਰਕੇ ਭਾਰਤੀ ਲੋਕਤੰਤਰੀ ਕਤਰਾਂ ਕੀਮਤਾਂ ਦੀ ਜਿਹੜੀ ਅਸੀਂ ਅਹਿਮਿਤ ਨੂੰ ਪਛਾਣਦੇ ਹੋਇਆ ਤੇ 75ਵੀਂ ਗਣਤੰਤਰ ਦਿਵਸ ਦੀ ਜਿਹੜੀ ਵੜੇ ਗੰਢਾ ਉਸ ਨੂੰ ਸਲਾਮ ਕਰਦਿਆਂ ਹੋਇਆ ਨਵਜੋਤ ਸਿੱਧੂ ਦਾ ਇਹ ਜਿਹੜਾ ਮੈਸੇਜ ਜੇਲ੍ਹ ਦੇ ਅੰਦਰੋਂ ਆਇਆ ਕਿ ਕਿਸੇ ਕਿਸਮ ਦਾ ਕੋਈ ਰੋਸ ਪ੍ਰਦਰਸ਼ਨ ਨਾ ਕੀਤਾ ਜਾਵੇ ਸ਼ਾਂਤੀ ਪੂਰਕ ਰੱਖਿਆ ਜਾਵੇ ਕੋਈ ਗੱਲ ਇਹ ਰਹੀ ਜਿਹੜੀ ਅੱਜ ਨਹੀਂ 2 ਮਹੀਨੇ ਬਾਅਦ ਹੋ ਜਾਊਗੀ ਮੈਂ ਪੂਰਨ ਤੌਰ ਤੇ ਚੜ੍ਹਦੀ ਕਲਾ 'ਚ ਆ ਇਹ ਇੱਕ ਉਸ ਲੀਡਰ ਸੁਲਝੇ ਹੋਏ ਦਾ ਲੀਡਰ ਦਾ ਬਿਆਨ ਆ ਕਿ ਜਿਸ ਨੂੰ ਕੋਈ ਫਰਕ ਨਹੀਂ ਪੇਦਾ ਕਿ ਮਹੀਨਾ ਹੁਣ ਪਹਿਨਾ ਕੀਤਾ ਬਹੀਨੇ 2 ਮਹੀਨੇ ਬਕਰੋ ਕੀ ਪਰ ਹਾਂ ਉਹਨਾਂ ਦੇ ਇਸ ਸੁਨਾਹੇ ਦੇ ਨਾਲ ਜਿਹੜੇ ਅੱਜ ਦੇ ਦਿਨ ਦੀ ਜਿਹੜੀ ਮਹੱਤਾ ਆ ਸੁਖਵਿੰਦਰ ਜੀ ਜ਼ਰੂਰ ਵਧੀਆ ਔਰ ਕਿ ਪਤਾ ਲੱਗਾ ਕਿ ਉਸ ਵਿਅਕਤੀ ਦੇ ਮਨ ਦੇ ਅੰਦਰ ਸਵਿਧਾਨ ਦੇ ਪ੍ਰਤੀ ਪਿਆਰ ਕਿੰਨਾ ਮੈਂ ਇੱਥੇ ਇਹ ਗੱਲ ਇਹ ਜ਼ਰੂਰ ਗੱਲ ਸਪਸ਼ਟ ਕਰਨੀ ਚਾਹਾਂਗਾ ਕਿਉਂਕਿ ਜੇਕਰ ਅੱਜ ਜਿਸ ਤਰੀਕੇ ਨਾਲ ਉਹਨਾਂ ਦੇ ਸਮਰਥਕ ਇੱਕ ਗੁੱਸੇ ਦੇ ਵਿੱਚ ਸਨ ਜਾਂ ਗੁੱਸੇ ਵਿੱਚ ਹਨ ਜੇ ਅੱਜ ਉਹ ਕੋਈ ਵੀ ਕਿਸਮ ਦਾ ਅਜਿਹਾ ਕੋਈ ਰੋਸ ਪ੍ਰਦਰਸ਼ਨ ਕਰਦੇ ਨੇ ਤਾਂ ਸੁਖਵਿੰਦਰ ਜੀ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਦੇ ਵਿੱਚ 26 ਜਨਵਰੀ ਦੇ ਮੌਕੇ ਤੇ ਜੋ ਕੁਝ ਹੋਇਆ ਸੀ ਲੋਕਾਂ ਨੇ ਜਾਂ ਵਿਰੋਧੀ ਧਿਰਾਂ ਨੇ ਇਹ ਚੀਜ਼ ਨੂੰ ਉਹਦੇ ਨਾਲ ਵੀ ਜੋੜ ਕੇ ਵੇਖਣਾ ਸੀ ਸ਼ਾਇਦ ਨਵਜੋਤ ਸਿੱਧੂ ਦੀ ਦੂਦ੍ਰਿਸ਼ਟੀ ਦਾ ਉਹ ਕਮਾਰਾ ਕਿ ਉਸਨੇ ਇਹ ਗੱਲ ਕਹੀ ਕਿ ਕਿਸੇ ਕਿਸਮ ਦਾ ਰੋਸ ਪ੍ਰਦਰਸ਼ਨ ਨਹੀਂ ਕਰਨਾ ਕੋਈ ਗੱਲ ਨਹੀਂ ਮਹੀਨੇ ਜਾਂ ਡੇਢ ਮਹੀਨੇ ਬਾਅਦ ਫੇਰਾਵਾਂਗਾ ਮੈਂ ਪੂਰੇ ਤੌਰ ਤੇ ਚੜ੍ਹਦੀ ਕਲਾ ਚਾ ਇਹ ਉਸ ਚੰਗੇ ਨੇਤਾ ਦਾ ਬਿਆਨ ਚਿਸਤੀ ਸੰਵਧਾਨ ਵਿੱਚ ਪੂਰੀ ਆਸਤਾ ਹੈ ਪੂਰੀ ਆਸਤਾ ਸੀ ਕਹਿ ਸਕਦੇ ਹਾਂ ਪੂਰਾ ਸਤਕਾਰ ਜੀ ਔਰ ਔਰ ਦੂਜੇ ਪਾਸੇ ਬੀਬੀ ਨਵਜੋਤ कौर ਸਿੱਧੂ ਦਾ ਵੀ ਅਣਖੀ ਸਾਹਿਬ ਜਿਹੜਾ ਇੱਕ ਬਿਆਨ ਆਇਆ ਟਵੀਟ ਉਹਨਾਂ ਨੇ ਕੀਤਾ ਹੈ ਪੋਸਟ ਪਾਈ ਹੈ ਉਹ ਵੀ ਜਿਹੜਾ ਆਪਣੀ ਟੀਮ ਨੂੰ ਕਮਾ ਦਿਖਾਏ ਜਾਵੇ ਨਵਜੋਤ कौर ਸਿੱਧੂ ਨੇ ਇੱਕ ਪੜਗਾਹਟ ਦੀ ਆਪਾਂ ਕਹਿ ਦਈਏ ਕਿ ਜੇ ਦੇਖੋ ਗੁੱਸਾ ਤਾਂ ਹੁੰਦਾ ਹੀ ਹੈ ਪਰਿਵਾਰ ਦੇ ਅੰਦਰ ਤਾਂ ਉਹਨਾਂ ਨੇ ਲਿਖਿਆ ਹੈ ਕਿ ਨਵਜੋਤ ਕੌਰ ਨਵਜੋਤ ਸਿੱਧੂ ਖੁੰਖਾਰ ਜਾਨਵਰ ਨੇ ਉਸ ਤੋਂ ਦੂਰ ਲੋ ਦੂਰ ਰਹੋ ਇਸੇ ਲਈ ਸਰਕਾਰ ਦੇ ਵੱਲੋਂ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ਤੇ ਇਹ ਜਿਹੜੀ ਗੱਲ ਬੀਬੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਹੀ ਗਈ ਹੈ ਕਿ ਨਵਜੋਤ ਸਿੱਧੂ ਇੱਕ ਖੁੰਖਾਰ ਜਾਨਵਰ ਹੈ ਇਸੇ ਕਰਕੇ ਆਜ਼ਾਦੀ ਦੇ 75ਵੇਂ ਦਿਹਾੜੇ ਦੇ ਉੱਪਰ ਉਹਨਾਂ ਨੂੰ ਜਿਹੜਾ ਉਹ ਛੱਡਿਆ ਨਹੀਂ ਜਾ ਰਿਹਾ ਤੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਉਹ ਉਹਨਾਂ ਤੋਂ ਦੂਰ ਹੋ ਬੀਬੀ ਨੇ ਜਿਸ ਤਰੀਕੇ ਨਾਲ ਤੰਜ ਕਸਿਆ ਜਿਸ ਤਰੀਕੇ ਨਾਲ ਆਪਾਂ ਜਿਹੜਾ ਨਵਜੂਦ ਸਿੱਧੂ ਦਾ ਕਿਰਦਾਰ ਦੱਸ ਕੇ ਹਟਿਆ ਕਿ ਇੱਕ ਪਾਸੇ ਤਾਂ ਰਾਮ ਰਹੀਮ ਹੈ ਜਦੀ ਸਜ਼ਾ ਮਾਪ ਹੋ ਜਾਂਦੀ ਹੈ ਜਿਹਦੇ ਇੰਨੇ ਜ਼ਿਆਦਾ ਜਿਹੜੇ ਕ੍ਰਾਈਮ ਨੇ ਜਿਹਦੇ ਉੱਪਰ ਬੇਅਦਬੀ ਦੇ ਇਲਜ਼ਾਮ ਲੱਗੇ ਜਿਹਦੇ ਉੱਪਰ ਜਿਹੜੇ ਹੈਗੇ ਆ ਕਤਲ ਦੇ ਇਲਜ਼ਾਮ ਲੱਗੇ ਜਿਹਦੇ ਉੱਪਰ ਜਿਹੜੇ ਹੈਗੇ ਆ ਬਲਾਤਕਾਰ ਦੇ ਇਲਜ਼ਾਮ ਲੱਗੇ ਔਰ ਬਲਾਤਕਾਰ ਦੇ ਇਲਜ਼ਾਮ ਹੀ ਨਹੀਂ ਲੱਗੇ ਉਹਨਾਂ ਤੇ ਜਿਹੜਾ ਸਾਬਤ ਵੀ ਹੋ ਚੁੱਕਿਆ ਉਹ ਜਿਹੜੇ ਉਸ ਬੰਦੇ ਨੂੰ ਸਜ਼ਾ ਮਾਫ ਕਰ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਜਿਸ ਤਰ੍ਹਾਂ ਕਿ ਦਾ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਉਹ ਕਿਰਦਾਰ ਹੈਗਾ ਔਰ ਇੱਕ ਵਧੀਆ ਇੰਟਰਨੈਸ਼ਨਲ ਪਲੇਅਰ ਵਾਰਾ ਇੱਕ ਦੇਸ਼ ਦੀ ਸੇਵਾ ਕੀਤੀ ਮੋਟੀਵੇਸ਼ਨਲ ਸਪੀਕਰ ਦੇਸ਼ ਪ੍ਰੇਮ ਔਰ ਕਰਤਾਰਪੁਰ ਸਾਹਿਬ ਦਾ ਬਹੁਤ ਵੱਡਾ ਲਾਂਘਾ ਖਲਵਾਉਣਾ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਹਨੇ ਸਾਲਾਂ ਤੋਂ ਅਰਦਾਸ ਜਿਹੜੀ ਕੀਤੀ ਜਾ ਰਹੀ ਸੀ ਸਿੱਖ ਸੰਗਤਾਂ ਦੇ ਵੱਲੋਂ ਉਹ ਨਵਜੋਤ ਸਿੰਘ ਸਿੱਧੂ ਦੇ ਉਦਮ ਸਦਕਾ ਜਿਹੜਾ ਪਰਮਾਤਮਾ ਦੀ ਮਿਹਰ ਦੇ ਨਾਲ ਉਹਨਾਂ ਨੂੰ ਹੀਰੋ ਜਿਹੜਾ ਬਣਾਇਆ ਗਿਆ ਪਰਮਾਤਮਾ ਨੇ ਉਹਨਾਂ ਨੂੰ ਡਿਊਟੀ ਲਈ ਤਾਂ ਇਹੋ ਜਿਹਾ ਕਿਰਦਾਰ ਦੋ ਕਿਰਦਾਰ ਤੇ ਨਵਜੋਤ ਸਿੰਘ ਸਿੱਧੂ ਦੀ ਵਾਈਫ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਆਹ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਇਸ ਤਰੀਕੇ ਦੀ ਸਰਕਾਰ ਸਮਝਦੀ ਹੈ ਤੇ ਇਸੇ ਕਰਕੇ ਛੱਡਣੇ ਜਾ ਰਿਹਾ ਕਿਵੇਂ ਦੇਖਦੇ ਆ ਬੀਬੀ ਦੀ ਇਸ ਟਿੱਪਣੀ ਨੂੰ ਤੋਖੰਦਰ ਜੀ ਇੱਕ ਬੜਾ ਤਗੜਾ ਵਿਅੰਗਾ ਜਿਹੜਾ ਸਰਕਾਰ ਤੇ ਉਹਨਾਂ ਨੇ ਕੱਸਿਆ ਇਸ ਨੂੰ ਅਸੀਂ ਵਿਅੰਗ ਦੀ ਛੜਣੀ ਦੇ ਵਿੱਚ ਰੱਖਾਂਗੇ ਚੈਤਨ 스ਕੇਲ ਚਾ ਸਟਾਈਲ ਕਹੋ ਕਿ ਨਵਜੋਤ ਸਿੱਧੂ ਇੱਕ ਖੂੰਖਰ ਜਾਨਵਰ ਹੈ ਕੋਈ ਪੈਸੇ ਮਾਰਸੋਂ ਬਚ ਕੇ ਰਹੋ ਹੁਣ ਸਥਿਤੀ ਇਹ ਹੈ ਬੜੀ ਸੁਣੀ ਤੁਸੀਂ ਬਿਆਨ ਕੀਤੀ ਇੱਕ ਪਾਸੇ ਰਾਮ ਰਹੀਮ ਵਰਗਾ ਬੰਦਾ ਜਿਸ ਨੂੰ ਅਦਾਲਤਾਂ ਵੱਲੋਂ ਇਲਜ਼ਾਮ ਨਹੀਂ ਲੱਗਾ ਅਦਾਲਤਾਂ ਪੁੱਛੋ ਦੋਸ਼ੀ ਠਹਿਰਾਇਆ ਜਾ ਚੁੱਕਾ ਬੰਦਾ ਸਜ਼ਾ ਭੁਗਦਾ ਪਿਆ ਤੇ ਕੱਲ ਆ ਕੇ ਤਲਵਾਰ ਦੇ ਨਾਲ ਉਹ ਕੇਕ ਵੀ ਕੱਟਦਾ ਤੇ ਹਥਿਆਰਾਂ ਦਾ ਪ੍ਰਦਰਸ਼ਨ ਵੀ ਕਰਦਾ ਤਾਂ ਫੇਰ ਵੀ ਜਿਹੜੀ ਹਰਿਆਣਾ ਸਰਕਾਰ ਆ ਜਾਂ ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਆਂ ਨੇ ਉਹ ਚੁੱਪਚਾਪ ਵੇਖਦੀਆਂ ਨੇ ਤੇ ਦੂਸਰੇ ਉਹ ਕੋਈ ਵੀ ਐਕਸ਼ਨ ਨਹੀਂ ਲੈਂਦੀਆਂ ਉਹਨੂੰ ਹੋਰ ਪਰ ਰੋਲ ਦੇਣ ਦੀ ਤਿਆਰੀ ਆ ਤੇ ਦੂਜੇ ਪਾਸੇ ਉਹ ਬੰਦਾ ਜਿਸ ਤਰੀਕੇ ਦੀ ਤੁਸੀਂ ਸਥਿਤੀ ਬਿਆਨ ਕੀਤੀ ਜਾਂ ਲੋਕ ਜਾਣਦੇ ਆ ਉਹਨੂੰ ਜਾਣ ਬੁਝ ਕੇ ਸਿਰਫ ਇਸੇ ਕਰਕੇ ਨਹੀਂ ਬਾਹਰ ਆਉਣ ਦਿੱਤਾ ਜਾ ਰਿਹਾ ਕਿ ਜੇ ਬਾਹਰ ਆਇਆ ਤਾਂ ਇਹਨੇ ਆਣ ਕੇ ਫਿਰ ਉਹ ਮੁੱਦੇ ਚੁੱਕ ਕੇ ਸਰਕਾਰ ਦੀਆਂ ਨਾਸਾਂ 'ਚ ਦਮ ਕਰੂਗਾ ਸੁਖਵਿੰਦਰ ਜੀ ਇਦਾਂ ਤਾਂ ਹੋਣਾ ਨਹੀਂ ਉਹ ਬੰਦੇ ਨੇ ਬਾਹਰ ਤੇ ਆਉਣੀ ਹੈ ਅੱਜ ਨਹੀਂ ਆਇਆ ਤੇ 2 ਮਹੀਨੇ ਬਾਅਦ ਆਜੂਗਾ ਫਿਰ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਹੋਰ ਵਧਣਗੀਆਂ ਬੇਸ਼ੱਕ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਜਿਸ ਤਰੀਕੇ ਨਾਲ ਮਰਜ਼ੀ ਲੈਣ ਦੀ ਜਾਂ ਸਾਬਤ ਕਰਦਾ ਯਤਨ ਕਰੇ ਪਰ ਜਿਸ ਤਰੀਕੇ ਨਾਲ ਇਹ ਕੁਝ ਹੋਇਆ ਅੱਜ ਦੇ ਦਿਨ ਜਿਸ ਤਰ੍ਹਾਂ ਉਹਦੀ ਰਹਾਈ ਦੇ ਵਿੱਚ ਅਟਕ ਚੜ ਪਾਈ ਗਈ ਸੁਖਿੰਦਰ ਜੀ ਇਹ ਮੈਨੂੰ ਸਭ ਕੁਝ ਉਸੇ ਤਰੀਕੇ ਦਾ ਲੱਗਦਾ ਜਿਵੇਂ ਪਰਦੇ ਦੇ ਪਿੱਛੇ ਸਾਰੇ ਰੜੇ ਨੇ ਚਾਹੀਓ ਕੈਪਟਨ ਅਮਰਿੰਦਰ ਸਿੰਘ ਹੋਣੀ ਹੋਣ ਚਾਹੀ ਸੁਖਬੀਤ ਸਿੰਘ ਬਾਦਲ ਹੋਣੀ ਹੋਣ ਚਾਹੀ ਅਰਵਿੰਦ ਕੇਜਰੀਵਾਲ ਹੋਵੇ ਚਾਹੀ ਰਾਜਾ ਵੜਿੰਗ ਹੋਵੇ ਤੇ ਚਾਹੀ ਭਗਵੰਤ ਸਿੰਘ ਮਾਨ ਹੋਣੀ ਹੋਣ ਇਹ ਸਾਰੇ ਇਸ ਮੁੱਦੇ ਤੇ ਇੱਕੋ ਤਰੀਕੇ ਨਾਲ ਪਰਦੇ ਦੇ ਪਿੱਛੇ ਸਿਆਸਤ ਇਹੋ ਹੀ ਆ ਕਿ ਜਿੰਨਾ ਵੀ ਚਿਰ ਹੋ ਸਕਦਾ ਇਸ ਵਿਅਕਤੀ ਨੂੰ ਸਰਗਰਮ ਸਿਆਸਤ ਤੋਂ ਦੂਰ ਰੱਖਿਆ ਜਾਵੇ ਤਾਂ ਵਿਖਿਆ ਜਾਵੇ ਕਿ ਕਿਸ ਤਰੀਕੇ ਨਾਲ ਇਸ ਦੇ ਘਾਤ ਨੂੰ ਕੱਟ ਕਰਦਾ ਪਰ ਲੋਕ ਚੰਗੀ ਤਰ੍ਹਾਂ ਜਾਣਦੇ ਆ ਲੋਕਾਂ ਨੂੰ ਪਤਾ ਇਹਦੀ ਰਿਹਾਈ ਨਾ ਹੋਣ ਦੇ ਨਾਲ ਇੱਕ ਲੋਕਾਂ ਦੀ ਜਿਹੜੀ ਹਮਦਰਦੀ ਹੈ ਸੁਖندر ਜੀ ਕੁਦਰਤੀ ਤੌਰ ਤੇ ਨਵਜੋਤ ਸਿੱਧੂ ਦੇ ਨਾਲ ਜਾਵੇਗੀ ਔਰ ਨਵਜੋਤ ਸਿੱਧੂ ਹੁਣ ਜਦੋਂ 2 ਮਹੀਨਿਆਂ ਬਾਅਦ ਬਾਹਰ ਆਉਣਗੇ ਤਾਂ ਤੁਸੀਂ ਦੇਖਿਓ ਕਿ ਉਹਨਾਂ ਦੇ ਕੱਦ ਦੇ ਵਿੱਚ ਹੋਰ ਕਿੰਨਾ ਫਰਕ ਪਿਆ ਹੋਵੇਗਾ ਹੁਣ ਜਿਹੜਾ ਖੂੰਖਾ ਜਾਨਵਰ ਕਹਿਣਾ ਖੂੰਖਾਰ ਚਾਰਗੋ ਉਹਨਾਂ ਨੇ ਇੱਕ ਤਨਜ ਦੇ ਰੂਪ ਚ ਗੱਲ ਕੀਤੀ ਕਿ ਬੀ ਬਚ ਕੇ ਰੋ ਕਿਉਂਕਿ ਉਹਨੇ ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀਆਂ ਚਾਹੇ ਉਹ ਜੇਲ੍ਹ ਤੋਂ ਜਾਂ ਤੋਂ ਪਹਿਲਾਂ ਸੀ ਤੇ ਚਾਹੀ ਉਹ ਜੇਲ੍ਹ ਤੋਂ ਬਾਹਰ ਆਟ ਕੇ ਕਰਨਗੇ ਹਾਂ ਹੁਣ ਇਹ ਗੱਲ ਹੈਗੀ ਆ ਹੁਣ ਇਹਦੇ ਵਿੱਚ ਕਿਤੇ ਨਾ ਕਿਤੇ ਨਵਜੋਤ ਸਿੱਧੂ ਦਾ ਆਪਸੀ ਇਹ ਦਵੰਧ ਜਿਹੜਾ ਇੱਕ ਦਵੇਸ਼ਾ ਉਹ ਵੀ ਪੈ ਸ਼ਾਮਲ ਹੋ ਸਕਦਾ ਕਿ ਹਾਂ ਭਈ ਮੇਰੇ chatID ਕਿਹੜੀ ਕਮੀ ਸੀ ਜਿਹੜੀ ਸਰਕਾਰ ਤੇ ਮੇਰੇ ਉੱਤੇ ਇਹੋ ਜਿਹਾ ਝਟਕਾ ਉਸਤਾਬ ਕੀ ਲੱਗਦਾ ਕਿ ਕੀ ਲੱਗਦਾ ਹੈ ਕਿ ਇਸ ਕਰਕੇ ਰਿਹਾਈ ਨਹੀਂ ਹੋਈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਵਕ ਵਕ ਮੁੱਦਿਆਂ ਨੂੰ ਲੈ ਕੇ ਸਰਕਾਰ ਬੈਕਫੁੱਟ ਤੇ ਆ ਚਾਹੇ ਉਹ ਬੇਅਦਬੀ ਅਤੇ ਗੋਲੀ ਕਾਂਡ ਦੇ ਇਨਸਾਫ ਦੇ ਲਈ ਲਗਿਆ ਧਰਨਾ ਜਿਹੜਾ ਬਾਈਬਲ ਕਲਾ ਵਿੱਚ ਹੋਵੇ ਸੁਖਰਾਜ ਸਿੰਘ ਦਾ ਜਿਸ ਨੂੰ ਲੈ ਕੇ ਜਿਹੜੇ ਨਵਜੋਤ ਸਿੰਘ ਸਿੱਧੂ ਕਾਫੀ ਭਾਵਕ ਨੇ ਆਪਣੀ ਸਰਕਾਰ ਤੇ ਵੀ ਤੰਜ ਕੱਸਦੇ ਰਹੇ ਆ ਔਰ ਉਮੀਦ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਾਹਰ ਆ ਕੇ ਉਸ ਮੁੱਦੇ ਨੂੰ ਇੱਕ ਵੱਡੇ ਲੈਵਲ ਤੇ ਚੁੱਕਣਗੇ ਔਰ ਸਰਕਾਰ ਬੈਕਫੁੱਟ ਤੇ ਜਾਊਗੀ ਔਰ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪਤਾ ਉਹ ਇੱਕ ਤਰੀਕੇ ਦਾ ਅਸਤੀਫਾ ਦੇਣਾ ਸਰਕਾਰ ਬੈਕਫੁੱਟ ਤੇ ਚਲੀ ਗਈ ਸੀ ਔਰ ਕੁਮਰ ਵਿਜੇ ਪ੍ਰਤਾਪ ਅਤੇ ਨਵਜੋਤ ਸਿੰਘ ਸਿੱਧੂ ਇੱਕੋ ਹੀ ਮੁੱਦੇ ਨੂੰ ਲੈ ਕੇ ਕਾਫੀ ਜੜਾ ਭਾਵਕ ਨੇ ਔਰ ਲੱਗਦਾ ਸੀ ਕਿ ਇਹ ਮੁੱਦਾ ਜਿਹੜਾ ਕਾਫੀ ਵੱਡੀਆਂ ਮੁਸੀਬਤਾਂ ਖੜੀਆਂ ਕਰਨ ਵਾਲਾ ਨਾਲ ਨਾਲ ਨਵਜੋਤ ਸਿੱਧੂ ਤੇ ਕੁਮਰਬੀਜ ਪ੍ਰਤਾਪ ਜਿਹੜੇ ਆ ਇਸ ਮਸਲੇ ਤੇ ਵਿਸ਼ੇਸ਼ਕ ਅਲੱਗ-ਅਲੱਗ ਪਰ ਇਸ ਮਸਲੇ ਤੇ ਕਾਫੀ ਜ਼ਿਆਦਾ ਸਰਕਾਰ ਕਰ ਸਕਦੀ ਸੀ ਔਰ ਦੂਜੇ ਪਾਸੇ ਲਤੀਫਪੁਰਾ ਧਰਨਾ ਦੂਜੇ ਪਾਸੇ ਜੀਰਾ ਧਰਨਾ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਪਰ ਲੱਗਿਆ ਇੱਕ ਪੰਥਕ ਮੋਰਚਾ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਹਾਲਾਂਕਿ ਇਹ ਚਾਰ ਨਹੀਂ ਹਾਲਾਂਕਿ ਬਹੁਤ ਸਾਰੀਆਂ ਸਕੀਮਾਂ ਨੂੰ ਲੈ ਕੇ ਬਹੁਤ ਸਾਰੀਆਂ ਪਾਲਿਸੀਆਂ ਨੂੰ ਲੈ ਕੇ ਜੱਟ ਖਰੀਦਦਰ ਨੂੰ ਲੈ ਕੇ ਹੋਰ ਇੰਨਾ ਕੁਝ ਹੈ ਇਹ ਸਰਕਾਰ ਬੈਕਫੁੱਟ ਤੇ ਸੀਗੀ ਔਰ ਲੱਗ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਆਉਣਗੇ ਤਾਂ ਇਸ ਸਾਰੇ ਮੁੱਦਿਆਂ ਨੂੰ ਇੱਕ ਵੱਡੇ ਲੈਵਲ ਤੇ ਚੁੱਕਣਗੇ ਕਿ ਇਹੀ ਡਰ ਸੀ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਹੈ ਰੋਕੀ ਗਈ ਹੈ ਬੇਸ਼ੱਕ 2 ਮਹੀਨਿਆਂ ਦੀ ਲਈ ਰੋਕੀ ਗਈ ਹੈ ਕਿਉਂਕਿ 2 ਮਹੀਨਾ ਬਾਅਦ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਪੂਰੀ ਹੋ ਜਾਣੀ ਹੈ ਪਰ ਉਹ ਕਹਿੰਦੇ ਹੁੰਦੇ ਆ ਵੀ ਬੱਕਰੇ ਦੀ ਮਾਂ ਜਿਹੜੀ ਆ ਕਦ ਤੱਕ ਖੈਰ ਮਨਾਊਗੀ 2 ਮਹੀਨੇ ਸਰ ਬਚਾ ਲਓਗੇ 2 ਮਹੀਨੇ ਤੋਂ ਬਾਅਦ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰ ਤਕੜਾ ਹੋ ਕੇ ਨਿਕਲੇ ਹੋਰ ਜ਼ੋਰ ਸ਼ੋਰ ਦੇ ਨਾਲ ਉਹ ਕਹਿੰਦੇ ਹੁੰਦੇ ਨੇ ਕਿ ਕਿੰਗ ਛੇੜ ਲਿਆ ਇੱਕ ਕਬੱਡੀ ਵਾਲੇ ਕਮੈਂਟੇਟਰ ਕਹਿੰਦੇ ਹੁੰਦੇ ਆ ਕਿ ਕਿੰਗ ਛੇੜ ਲਿਆ ਉਹੀ ਕਿਤੇ ਗੱਲ ਨਾ ਹੋ ਜਾਵੇ ਕਿ ਪੰਗਾਇਜ਼ ਨਾ ਚੰਗਾਲੀ ਗੱਲ ਹੋ ਜਾਵੇ ਅਣਕੀ ਸਾਹਿਬ ਕਿ ਇਹ ਜੜੀਆਂ ਸਾਰੀਆਂ ਗੱਲਾਂ ਬਾਤਾਂ ਮੈਂ ਦੱਸੀਆਂ ਕਿ ਲੱਗਦਾ ਕਿ ਇਸ ਕਰਕੇ ਹੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਆ ਉਹ ਰੋਕੀ ਗਈ ਆ ਕਿ ਨਵਜੋਤ ਸਿੰਘ ਸਿੱਧੂ ਵਿਸਲ ਬਲੋਰ ਹੈ ਨਵਜੋਤ ਸਿੰਘ ਸਿੱਧੂ ਨੂੰ ਲੋਕ ਸੁਣਦੇ ਆ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਤੇ ਲੋਕ ਜਿਹੜੇ ਆ ਉਹ ਜਿਹੜਾ ਆਪਾਂ ਕਹੀਏ ਕਿ ਤੰਗੇ ਤਰੀਕੇ ਨਾਲ ਸੁਣ ਕੇ ਉਨ੍ਹਾਂ ਦੇ ਉੱਪਰ ਗੌਰ ਕਰਦੇ ਆ ਉਹਨਾਂ ਦੀ ਗੱਲ ਨੂੰ ਮੰਨਦੇ ਆ ਇਸ ਕਰਕੇ ਸਰਕਾਰ ਨੂੰ ਡਰ ਸੀ ਕਿ ਲੋਕਾਂ ਦੇ ਅੰਦਰ ਗੁੱਸਾ ਵਧੂਗਾ aur Navjot Sidhu ਦੇ ਆਉਣ ਦੇ ਨਾਲ ਸਰਕਾਰ ਜਿਹੜੀ ਉਹ ਬੈਕਫੁੱਟ ਤੇ ਜਾਊਗੀ ਜਿਹੜੀ ਕਿ ਲੱਗ ਵੀ ਰਿਹਾ ਸੀ Navjot Sidhu ਦੇ ਜੇਲ੍ਹ ਜਾਣ ਤੋਂ ਪਹਿਲਾਂ ਜਿਹੜੇ ਜੇਲ੍ਹ ਜਾਣ ਤੋਂ ਪਹਿਲਾਂ Navjot Singh Sidhu ਆਪਣੇ ਧੜੇ ਦੇ ਨਾਲ ਚੱਲ ਰਹੇ ਸੀ ਉਸ ਤਰੀਕੇ ਦੀ ਕਾਰਵਾਈ Navjot Sidhu ਨੇ ਜੇਲ੍ਹ ਤੋਂ ਬਾਹਰ ਆ ਕੇ ਵੀ ਕਰਨੀ ਸੀ ਤੇ ਉਸੇ ਹੀ ਹਾਲਾਤਾਂ ਦੇ ਵਿੱਚ ਸਰਕਾਰ ਫੇਰ ਜਾਣੀ ਸੀ ਇਸ ਕਰਕੇ ਰੋਕਿਆ ਗਿਆ ਸੁਖندرਜੀ ਬਹੁਤ ਸਾਰੇ ਕਾਰਨ ਨੇ ਬਹੁਤ ਸਾਰੇ ਤਰਕ ਨੇ ਇਹ ਤਰਕਤਾ ਮਹੱਤਵਪੂਰਨ ਤਰਕ ਹੈ ਇਹ ਕਿ ਜਿਸ ਤਰੀਕੇ ਨਾਲ ਪੰਜਾਬ ਐਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਦਰਦਿਆਂ ਦਾ ਗੜ ਬਣਿਆ ਲਤੀਪੁਰ ਦਾ ਦਰਦਾ ਹੋਵੇ ਜੀਰਾ ਫੈਕਟਰੀ ਦਾ ਦਰਦਾ ਹੋਵੇ ਰਾਣੀ ਗੁਰਜੀਤ ਦੀ ਫੈਕਟਰੀ ਦਾ ਦੇਰਦੇਵਾਲ ਵੀ ਗੱਲ ਹੋ ਰਹੀ ਆ ਮੁਹਾਲੀ ਦਾ ਦਰਦਾ ਹੈਗਾ ਬਰਗਾੜੀ ਇਨਸਾਫ ਹੋ ਚਾ ਇਹ ਉਹ ਮੁੱਦੇ ਨੇ ਕਿ ਜਿਹੜੇ ਕਾਂਗਰਸ ਸਰਕਾਰ ਦੇ ਸਮੇਂ ਵੀ ਚੱਲਦੇ ਰਹੇ ਆ ਤੇ ਮੌਜੂਦਾ ਸਰਕਾਰ ਦੇ ਸਮੇਂ ਵੀ ਉਸੇ ਤਰੀਕੇ ਨਾਲ ਚੱਲਦੇ ਪਏ ਆ ਸਾਂ ਜੋ ਸਿੱਧੂ ਕਿਉਂਕਿ ਕਾਂਗਰਸ ਦੀ ਮੌਜੂਦਾ ਜਿਹੜੀ ਹੈਗੀ ਆ ਉਹ ਤੋਂ ਇੱਕ ਵਿਥ ਵੜਾ ਕੇ ਚੱਲਦੇ ਪਈ ਸੀ ਜੇਲ੍ਹ ਜਾਣ ਤੋਂ ਪਹਿਲਾਂ ਆਪਣੇ ਸਮਰਥਕਾਂ ਦੇ ਨਾਲ ਉਹਨਾਂ ਵੱਲੋਂ ਵਕਫਾ ਵਕਫਾ ਤੇ ਜਾ ਕੇ ਇਹ ਸਰਕਾਰ ਬਣਨ ਤੋਂ ਤੁਰੰਤ ਬਾਅਦ ਹੀ ਉਹਨਾਂ ਨੇ ਵਕਫਾ ਵਕਫਾ ਤੇ ਮੰਡੀਆਂ ਦਾ ਦੌਰਾ ਕੀਤਾ ਜਾਂ ਹਰ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਜਿਹੜੀ ਖਿਲਾਫ ਸਰਕਾਰ ਦੇ ਖਿਲਾਫ ਸੀ ਜਾਂ ਸਰਕਾਰ ਜਿੱਥੇ गिर ਸਕਦੀ ਸੀ ਪਰ ਹਾਂ ਇਹ ਗੱਲ ਮੈਂ ਜ਼ਰੂਰ ਕਹਿ ਰਿਹਾ ਕਿ ਕਾਂਗਰਸ ਜਿਹੜੀ ਸੀ ਮੌਜੂਦਾ ਕਾਂਗਰਸ ਤੋਂ ਅਲੱਗ ਹੋ ਕੇ ਕਾਂਗਰਸ ਦੇ ਆਪਣੇ ਹੀ ਸਮਰਥਕਾਂ ਦੇ ਨਾਲ ਉਹਨਾਂ ਨੇ ਇੱਕ ਇਹ ਜਿਹੜੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਤਾਂ ਹੁਣ ਜੇਕਰ ਉਹ ਅੱਜ ਉਹ ਰਿਹਾ ਹੁੰਦੇ ਤਾਂ ਕੁੱਤਬ ਦੇ ਤੌਰ ਤੇ ਜਿਸ ਤਰ੍ਹਾਂ ਬੋਹਾਲੀ ਦਾ ਧਰਨਾ ਸਿਖਰਤੇ ਆ ਇਨਸਾਫ ਮੋਰਚੇ ਵਾਲਿਆਂ ਨੇ ਡੈਡਲਾਈਨ ਦਿੱਤੀ ਆ ਲਤੀਫ ਔਰ ਦਾ ਝਗੜਾ ਮਤਲਬ ਚੱਲਦਾ ਪਿਆ ਆ ਇਹ ਤਾਂ ਗੱਲ ਪੱਕੀ ਆ ਕਿ ਅੱਜ ਜੇ ਉਹ ਜੇਲ੍ਹ ਚ ਮਰ ਰਹੇ ਤੇ ਕੱਲ ਹੀ ਉਹਨਾਂ ਨੇ ਆਪਣੇ ਸਮਰਥਕਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੇ ਵਿੱਚ ਜਾ ਕੇ ਸ਼ਾਮਲ जरूर ਹੋ ਜਾਣਾ ਸੀ ਬੇਸ਼ੱਕ ਇਹ ਗੱਲ ਮੈਂ ਫਿਰ ਕਹਦਾ ਬੇਸ਼ੱਕ ਜਿਹੜੇ ਕਾਂਗਰਸ ਦੇ ਦੂਜੇ ਬੰਦੇ ਨੇ ਵਿਧਾਇਕ ਨੇ ਉਹਨਾਂ ਦੇ ਨਾਲ ਇੱਕ ਵੇਥ ਉਸੇ ਤਰੀਕੇ ਨਾਲ ਬਣੀ ਰਹਿਣੀ ਸੀ ਤਾਂ ਸਰਕਾਰ ਉਹਨਾਂ ਬੰਦਿਆਂ ਨੂੰ ਤਾਂ ਉਹ ਇੰਟਰਟੇਨ ਕਰ ਹੀ ਦੀ ਜਾਂ ਉਹਨਾਂ ਲੋਕਾਂ ਨਾਲ ਤਾਂ ਉਹ ਮੁਕਾਬਲਾ ਕਰਦੀ ਪਈ ਆ ਕਿਉਂਕਿ ਉਹ ਆਪਰੇ ਸੈਂਕੜਲਾਤ ਵਿੱਚ ਕਿਦੇ ਨਹੀਂ ਪਰ ਸ਼ਾਇਦ ਨਵਜੋਤ ਸਿੱਧੂ ਦਾ ਮੁਕਾਬਲਾ ਕਰਨ ਦੀ ਸਮਰੱਥਾ ਭਗਵੰਤ ਮਾਨ ਕੋਲ ਉਹ ਹੈ ਨਹੀਂ ਸੀ ਮਾਫ ਕਰਨਾ ਪੰਜਾਬ ਸਰਕਾਰ ਕੋਲ ਹੈ ਨਹੀਂ ਸੀ ਜਿਸ ਤਿੱਕੇ ਨਾਲ ਬਿਜ਼ਨਸ ਨੂੰ ਮਗਰ ਲਾ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ ਪਰ ਸ਼ਾਇਦ ਇਹੋ ਹੀ ਇੱਕ ਕਾਰਨ ਵੱਡਾ ਕਾਰਨ ਹੋ ਸਕਦਾ ਕਿ ਇਸੇ ਹੀ ਕਾਰਨ ਕਿਹਾ ਜਾਵੇ ਕਿ ਠੀਕ ਆ ਜਿਹੜੇ ਦਿਨ ਟੱਪਦੇ ਆ ਉੱਠ ਪਾਏ ਜਾਂਨ ਪਰ ਇਹਦੇ ਨਾਲ ਹੀ ਨਾ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਸਰਕਾਰ ਨੇ ਇਹ ਵੀ ਤਰਕ ਦਿੱਤਾ ਤਰਕ ਨਹੀਂ ਦਿੱਤਾ ਬਿਆਰ ਨਹੀਂ ਦਿੱਤਾ ਜਰਨ ਇਹ ਆ ਕਿ ਉਹ ਨਵਜੋਤ ਸਿੱਧੂ ਦੀ ਰਹਾਈ ਨੂੰ ਲੈ ਕੇ ਜਾਂ ਦੂਜੇ ਬੰਦੇ ਦੀ ਰਹਾਈ ਨੂੰ ਲੈ ਕੇ ਜਿਹੜਾ ਵਿਰੋਧੀ ਧਿਰਾਂ ਵੱਲੋਂ ਜਿਹੜਾ ਬੰਦੀ ਸਿੰਘਾਂ ਦੀ ਰਹਾਈ ਦਾ ਮੁੱਦਾ ਸੀ ਉਹਦੇ ਤੋਂ ਉਸਨੇ ਬਚਣ ਦੀ ਕੋਸ਼ਿਸ਼ ਕੀਤੀ ਆ ਇਹ ਵੀ ਗੱਲ ਹੈਗੀ ਆ ਤੀਸਰੇ ਬੰਨੇ ਜਿਹੜੀ ਗੱਲ ਆ ਕਿ ਜਿਹੜੀ ਕਾਂਗਰਸ ਦਾ ਇੱਕ ਅੰਦਰੂਨੀ ਧੜਾ ਸੁਖਵਿੰਦਰ ਜੀ ਉਹ ਵੀ ਕਿਤਨਾ ਕਿਦੇ ਕਿਦੇ ਪ੍ਰੈਸ਼ਰ ਪਾਉਣ ਦੇ ਵਿੱਚ ਸਫਲ ਹੋਇਆ ਕਿ ਜਿਹੜੀ 30 ਜ ਮਾਫ ਕਰਦਾ 30 ਜਨਵਰੀ ਜਿਹੜੀ ਰੈਲੀ ਆ ਆ ਜਿਹੜੀ ਆ ਆ ਪਾਰਟ ਜਿਓਰਜੀਆ ਪਰ ਦੀ ਉਹ ਕਿਹੇ ਤਰੀਕੇ ਨਾਲ ਉਹਦੇ ਵਿੱਚ ਸ਼ਮੂਲੀਅਤ ਜਿਹੜੀ ਆ ਨਵਜੋਤ ਸਿੰਘ ਸਿੱਧੂ ਦੀ ਨਾ ਹੋ ਸਕੇ ਮੈਂ ਪਹਿਨਾ ਹੀ ਇਹ ਗੱਲ ਕੀਤੀ ਆ ਕਿ ਸੁਖਵਿੰਦਰ ਜੀ ਪਰਦੇ ਦੇ ਪਿੱਛੇ ਕੀ ਕੀ ਸਿਆਸਤ ਹੋਈ ਆ ਇਹਦੇ ਸਬੰਧੀ ਕੋਈ ਨਹੀਂ ਜਾਣਦਾ ਕਿਉਂਕਿ ਭਗਵੰਤ ਸਿੰਘ ਮਾਨ ਦੇ ਔਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਆਪਸੀ ਸਬੰਧ ਨੇ ਬੀਤੇ ਦੌਰ ਚ ਕਿਹੋ ਜਿਹੇ ਰਹੇ ਨੇ ਇਹ ਸਾਰੀ ਦੁਨੀਆ ਜਾਣਦੀ ਆ ਪਰ ਐਨ ਅਖੀਦੀ ਮੌਕੇ ਤੇ ਆਣ ਕੇ ਜੇਕਰ ਭਗਵੰਤ ਸਿੰਘ ਮਾਨ ਵੱਲੋਂ ਉਹ ਫਾਈਨ ਤੇ ਸਾਈਨ ਨਹੀਂ ਕੀਤੇ ਜਾਂਦੇ ਤਾਂ ਫਿਰ ਸੁਖਵਿੰਦਰ ਜੀ ਸਾਹਿਬ ਤੇ ਸਪਸ਼ਟ ਗੱਲ ਇਹੋ ਹੀ ਆ ਕਿ ਜਿਹੜੀ ਰਾਜਨੀਤੀ ਆ ਪੰਜਾਬ ਚ ਵੀ ਹੋਈ ਫਿਰ ਦਿੱਲੀ ਚ ਹੋਈ ਆ ਤੇ ਦਿੱਲੀ ਦੇ ਵਿੱਚ ਕੌਣ ਬੈਠੇ ਨੇ ਦਿੱਲੀ ਚ ਫਿਰ ਸਾਰੇ ਉਹ ਚਟੇ ਬੱਟੇ ਉਹ ਸਾਰੇ ਇਕੱਠੇ ਆ ਔਰ ਵੱਡੀ ਇੰਟਰਸਟਿੰਗ ਗੱਲ ਸੁਖਵਿੰਦਰ ਜੀ ਇਹ ਆ ਕਿ ਅੱਜ ਰਿਹਾਈ ਨਹੀਂ ਹੋਈ ਕਾਂਗਰਸ ਦਾ ਕੋਈ ਬੰਦਾ ਨਹੀਂ ਬੋਲਿਆ ਕੋਈ ਰਾਜੇ ਵੜਿੰਗ ਦਾ ਕੋਈ ਬਿਆਨ ਨਹੀਂ ਆਇਆ ਪ੍ਰਤਾਪ ਸਿੰਘ ਬਾਜੂ ਦਾ ਜਰੂਰ ਆਇਆ ਹੋ ਕੋਈ ਇਸ ਦੀ ਕਿਨ ਕੱਲ ਵੀ ਗੱਲ ਕੀਤੀ ਜਦੋਂ ਉਹਨਾਂ ਨੇ ਓਵਰ ਆ ਘੱਟ ਤੋਂ ਘੱਟ ਇੱਕ ਬਿਆਨ ਜਿਹੜਾ ਉਹ ਤਾਂ ਹੋਣਾ ਚਾਹੀਦਾ ਸੀ ਉਲਟਾ ਕਾਂਗਰਸੀਆਂ ਦੇ ਬਿਆਨ ਤਾਂ ਸਰ ਇਹੋ ਜੇ ਆ ਰਹੇ ਆ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਕਹਿੰਦੇ ਕਿ ਜੇ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਬਾਹਰ ਆਉਂਦੇ ਆ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਰਲ ਮਿਲੀ ਭੁਗਤ ਕਰਕੇ ਬਾਹਰ ਆਉਣਗੇ ਕਹਿੰਦੇ ਜੇ ਅਸਲੀ ਕਾਂਗਰਸੀ ਆ ਤਾਂ ਨਵਜੋਤ ਸਿੰਘ ਸਿੱਧੂ ਨੂੰ ਪੂਰੀ ਸਜ਼ਾ ਕੱਟ ਕੇ ਆਉਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਕੁਲਵੀਰ ਜੀਰਾ ਉਹਨਾਂ ਨੂੰ ਬਹੁਤਾ ਕੋ ਗਿਆਨ ਲੱਗਦਾ ਨਹੀਂ ਕਾਨੂੰਨ ਦਾ ਨੋਟੀਫਿਕੇਸ਼ਨ ਉਹਨਾਂ ਨੇ ਪੜ੍ਹਿਆ ਨਹੀਂ ਕਿ ਕਾਨੂੰਨ ਦੇ ਤਹਿਤ ਉਹਨਾਂ ਦੀ ਰਿਹਾਈ ਹੋ ਰਹੀ ਸੀ ਪਰ ਕੁਲਵੀਰ ਜੀਰਾ ਜਿਹੜੇ ਉਹ ਆਪਣਾ ਟੋਟਕਾ ਉਹਨਾਂ ਨੇ ਲਾᱜੀ ਛੱਡਤਾ ਹਾਲਾਂਕਿ ਕੱਲ ਕਾਕਾ ਰਜਿੰਦਰ ਜਿਹੜੇ ਆ ਲਾਲ ਸਿੰਘ ਦੇ ਬੇਟੇ ਉਹਨਾਂ ਨੇ ਜਿਹੜਾ ਕਾਫੀ ਇਸ ਬਿਆਨ ਦੀ ਜਿਹੜੀ ਆ ਉਹਨਾਂ ਨੇ ਖੰਡਨ ਕੀਤਾ ਹੈ ਔਰ ਇਹ ਵੀ ਕਿ ਇਸ ਤਰੀਕੇ ਦੇ ਬਿਆਨਾਂ ਦੇ ਕਰਕੇ ਹੀ ਇਹੋ ਜਿਹੇ ਲੋਕਾਂ ਕਰਕੇ ਹੀ ਜਿਹੜੀ ਕਾਂਗਰਸ ਪਾਰਟੀ ਨੂੰ ਹਾਰ ਦਾ ਜਿਹੜਾ ਉਹ ਮੂੰਹ ਦੇਖਣਾ ਪਿਆ ਕੁਲਵੀਰ ਸਿੰਘ ਜੀਰੇ ਤੇ ਉਹਨਾਂ ਨੇ ਸ਼ਬਦੀ ਵਾਰ ਜਿਹੜੇ ਕੀਤੇ ਨੇ ਰਜਿੰਦਰ ਸਿੰਘ ਨੇ ਜਿਹੜੇ ਕਿ ਐਮ ਐਲ ਏ ਸਮਾਣਾ ਸੀਗੇ ਪਹਿਲਾਂ ਲਾਲ ਸਿੰਘ ਦੇ ਬੇਟੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਇਹ ਗੱਲਾਂ ਕਹੀਆਂ ਗਈਆਂ ਕਿ ਕੁਲਵੀਰ ਸਿੰਘ ਜੀਰਾ ਹੋਰਾਂ ਦੇ ਕਰਕੇ ਜਿਹੋ ਜਿਹੇ ਬਿਆਨ ਦੇ ਰਿਹਾ ਇਹੋ ਜੀਆਂ ਕਾਰਵਾਈਆਂ ਦੇ ਕਰਕੇ ਹੀ ਜਿਹੜੇ ਆ ਉਹ ਸਰਕਾਰ ਤੋਂ ਸਾਨੂੰ ਹੱਥ ਧੋਣਾ ਪਿਆ ਸਰਕਾਰ ਦੇ ਵਿੱਚ ਅਸੀਂ ਆਏ ਨਹੀਂ ਇਹੋ ਜਿਹਾ ਬਿਆਨ ਕੁਲਵੀਰ ਜੀ ਰਾ ਨੂੰ ਕਹਿੰਦੇ ਨਹੀਂ ਸੀ ਦੇਣਾ ਚਾਹੀਦਾ ਪਰ ਕੁਲਵੀਰ ਸਿੰਘ ਜੀਰਾ ਹਣੀ ਤਾਂ ਕਾਂਗਰਸ ਸੀ ਤੇ ਇਹੋ ਜੇ ਮੈਨੂੰ ਲੱਗਦਾ ਕਿ ਜਿੱਥੇ ਸਰਕਾਰ ਹੁਣ ਸਿੱਧੂ ਦੇ ਕਰੀਬੀ ਜਾਂ ਕੁਝ ਆਪਾਂ ਕਹਿ ਲਈਏ ਕਿ ਆਪਾਂ ਨੂੰ ਵੀ ਅਣਕੀ ਸਾਹਿਬ ਇੰਜ ਹੀ ਲੱਗ ਰਿਹਾ ਕਿ ਸਿੱਧੂ ਦੀ ਰਿਹਾਈ ਦੇ ਉੱਪਰ ਸਰਕਾਰ ਜਿੰਨੀ ਜ਼ਿਆਦਾ ਰਿਹਾਈ ਨਾ ਹੋਣ ਤੇ ਸਰਕਾਰ ਜਿੰਨੀ ਜ਼ਿਆਦਾ ਖੁਸ਼ ਹੈ ਉਸ ਤੋਂ ਜ਼ਿਆਦਾ ਖੁਸ਼ ਤਾਂ ਮੈਨੂੰ ਜਿਹੜੇ ਕਾਂਗਰਸ ਦੇ ਅੰਦਰ ਬੈਠੇ ਸਿੱਧੂ ਦੇ ਵਿਰੋਧੀ ਲੱਗ ਰਹੇ ਆ ਅਸ ਸੁਖਵਿੰਦਰ ਜੀ ਮੈਂ ਇੱਕ ਗੱਲ ਹੋਰ ਕਹਣਾ ਕਿ ਨਵਜੋਤ ਸਿੱਤੂ ਦੀ ਰਿਹਾਈ ਹੋਣ ਤੋਂ ਬਾਅਦ ਹੁਣ ਹੋਈ ਜਾਂ ਨਹੀਂ ਹੋਈ ਇਹ ਇੱਕ ਗੱਲ ਆਪਾਂ ਛੱਡਦੀ ਪਹਿਲਾਂ ਜੀ ਮੈਂ ਮਾਰਚ ਦੀ ਮਹੀਨੇ 'ਚ ਗੱਲ ਕਰਾਂ ਕਿ ਜੇਕਰ ਮਾਰਚ ਮਹੀਨੇ 'ਚ ਉਹ ਜਦੋਂ ਫ੍ਰੀ ਹੋ ਕੇ ਆਪਣੀ ਜੇਲ੍ਹ ਦੀ ਸਜ਼ਾ ਕੱਟ ਕੇ ਪੂਰਨ ਤੌਰ ਤੇ ਬਾਹਰ ਆਉਣਗੇ ਤਾਂ ਸੁਖਵਿੰਦਰ ਜੀ ਉਦੋਂ ਜਿਹੜੇ ਸਮੀਕਰਨ ਹੋਣਗੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਵਾਸਤੇ ਨਹੀਂ ਬਦਲਣਗੇ ਬਲਕਿ ਕਾਂਗਰਸ ਪਾਰਟੀ ਵਾਸਤੇ ਵੀ ਬਦਲਣਗੇ ਜੇਕਰ ਅੱਜ ਰਿਹਾਈ ਨਵਜੋਤ ਸਿੱਧੂ ਦੀ ਹੁੰਦੀ ਤਾਂ ਕਿਸੇ ਸੂਰਤ ਦੇ ਵਿੱਚ ਅਸੀਂ ਇਹ ਸਮਝ ਸਕਦੇ ਸਾਂ ਕਿ ਜਿਸ ਤਰੀਕੇ ਨਾਲ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਇੱਕ ਵੱਡੀ ਅਹੁਦਾ ਦੇ ਕੇ ਜਾਂ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਲੀਡਰਸ਼ਿਪ ਕਾਂਗਰਸ ਨੂੰ ਇੱਕ ਮਲੌਣ ਦਾ ਯਤਨ ਕਰ ਰਹੀ ਸੀ ਪਰ ਇਹੋ ਜਿਹੇ ਜਿਹੜੇ ਬਿਆਨ ਕੁਲਬੀਰ ਸਿੰਘ ਜੀ ਦੇ ਵਰਗੇ ਦੇ ਬਿਆਨ ਤੋਂ ਉਸ ਤੋਂ ਇਲਾਵਾ ਕਾਂਗਰਸ ਦੀ ਇਹ ਜਿਹੜੀ ਵਿਰੋਧੀ ਟੀੜਾ ਉਹਨਾਂ ਵੱਲੋਂ ਧਾਰੀ ਚੁੱਪ ਨੇ ਕਾਂਗਰਸ ਔਰ ਨਵਜੋਤ ਸਿੱਧੂ ਦੇ ਵਿੱਚਕਾਰ ਇੱਕ ਹੋਰ ਖਲਾਅ ਨੂੰ ਜ਼ਰੂਰ ਪੈਦਾ ਕੀਤਾ ਜੀ ਜਿਹੜੀ ਕਿਤੇ ਅਸੀਂ ਕਹਿ ਸਕਦੇ ਕਿਤੇ ਇਹ ਸੁਰ ਕਿਤੇ ਦੂਰੋਂ ਮਿਲਦੀ ਨਜ਼ਰ ਆਉਂਦੀ ਸੀ ਕਿ ਸ਼ਾਇਦ ਇਹ ਧੜਾ ਸਾਰੇ ਇਕੱਠੇ ਹੋ ਕੇ ਨਾਲ ਉਹਦੇ ਚੱਲ ਪਣਗੇ ਹੁਣ ਇਹ ਚੱਲਣ ਤਾਂ ਭਾਏ ਨਾ ਚੱਲਣ ਜੋ ਸੁਖਵਿੰਦਰ ਜੀ ਮੈਨੂੰ ਲੱਗਦਾ ਨਵਜੋਤ ਸਿੱਧੂ ਹੁਣ ਕਾਂਗਰਸ ਤੋਂ ਮਾਫ ਕਰਦਾ ਅੱਜ ਪੰਜਾਬ ਦੀ ਕਾਂਗਰਸ ਇਹਦੇ ਤੋਂ ਵਿਤੋ ਉਚ ਜ਼ਰੂਰ ਬਣਾ ਕੇ ਚੱਲਣਗੇ ਕਿਉਂਕਿ ਇਹ ਜਿਹੜੀ ਚੁੱਪੀ ਆ ਸੁਖਵਿੰਦਰ ਜੀ ਇਹ ਪੰਜਾਬ ਦੀ ਕਾਂਗਰਸ ਨੂੰ ਮਹਿੰਗੀ ਜ਼ਰੂਰ ਪੈਗੀ ਸਰਕਾਰ ਨੂੰ ਮਹਿੰਗੀ ਪੈਂਦੀ ਹੈ ਜਾਂ ਨਹੀਂ ਪੈਂਦੀ ਉਹ ਇੱਕ ਵੱਖਰਾ ਵਿਸ਼ਾ ਕਿਉਂਕਿ ਉਹ ਵਿਰੋਧੀ ਧਿਰ ਦੀ ਗੱਲ ਆ ਜਿਹੜੀ ਆ ਪਰ ਮੁੱਚੀ ਕਾਂਗਰਸ ਨੂੰ ਖਾਸ ਤੌਰ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਟੀਮ ਨੂੰ ਇਹ ਜਿਹੜੀ ਚੁੱਪੀ ਆ ਉਦੋਂ ਤੱਕ ਜਦੋਂ ਨਵਜੋਤ ਸਿੰਘ ਸਿੱਧੂ ਬਾਹਰ ਆਏਗਾ ਜਰੂਰ ਮਹਿੰਗੀ ਪੈਗੀ ਤੁਸੀਂ ਦੇਖਿਓ ਕਿ ਕਿਸ ਤਰੀਕੇ ਨਾਲ ਇਹਨਾਂ ਦਿਨਾਂ 'ਚ ਸਮੀਕਰਨ ਜਿਹੜੇ ਆ ਉਹ ਬਦਲਦੇ ਨੇ ਬਿਲਕੁਲ ਪੰਜਾਬ ਦੀ ਸਿਆਸਤ ਦੇ ਅੰਦਰ ਜਿਸ ਤਰੀਕੇ ਦੇ ਨਾਲ ਇਹ ਤੱਕਾ ਲੋਕ ਮਹਿਸੂਸ ਕਰਦੇ ਆ ਨਵਜੋਤ ਸਿੰਘ ਸਿੱਧੂ ਰਾਈ ਨਾ ਹੋਣਾ ਤਾਂ ਪੰਜਾਬ ਦੀ ਸਿਆਸਤ ਕਿਸ ਤਰੀਕੇ ਨਾਲ ਬਦਲੂਗੀ ਨਵਜੋਤ ਸਿੰਘ ਸਿੱਧੂ ਦਾ ਰੋਕੀ ਕੀ ਹੋਊਗਾ ਸਖੰਦਰ ਜੀ ਕੁਦਰਤੀ ਤੌਰ ਤੇ ਨਵਜੋਤ ਸਿੱਧੂ ਦਾ ਰੁਖ ਹੁਣ ਜਦੋਂ ਉਹ ਬਾਹਰ ਆਏਗਾ ਹੁਣ ਉਹ ਆਪਣੀ ਲੜਾਈ ਫਿਰ ਸਿਫਰ ਤੋਂ ਸ਼ੁਰੂ ਕਰੇਗਾ ਜਿੱਥੋਂ ਉਹਨੇ ਆਪਣੀ ਗੱਲ ਛੱਡ ਕੇ ਜੇਲ੍ਹ ਦੇ ਅੰਦਰ ਗਏ ਸੀ ਉਹਨਾਂ ਮੁੱਦਿਆਂ ਦੀ ਸ਼ੁਰੂਆਤ ਨਵੇਂ ਸਿਰੇ ਤੋਂ ਹੋਏਗੀ ਚਾਹੇ ਉਹ ਬਰਗਾਰੀ ਇਨਸਾਫ ਮੋਰਚਾ ਹੋਵੇ ਚਾਹੇ ਕੋਈ ਕਿਉਂਕਿ ਉਦੋਂ ਤੱਕ ਇਹ ਮੋਰਚੇ ਸਰਕਾਰ ਕੋ ਹੱਲ ਨਹੀਂ ਹੋਏ ਤਾਂ ਨਾ ਹੀ ਕਦੇ ਮੁੱਦੇ ਜਿਹੜੇ ਖਤਮ ਹੁੰਦੇ ਹੁੰਦੇ ਆ ਇਹਨਾਂ ਦਾ ਜਿਹੜੇ ਇਹ ਜਿਹੜੇ ਲੋਕ ਨੇ ਜਿਹੜੇ ਇਸ ਵੇਲੇ ਵਿਰੋਧੀ ਧਿਰ 'ਚ ਇਹਨਾਂ ਦੇ ਸਮਝੌਤੇ ਹੋ ਸਕਦੇ ਆ ਪਰ ਉਹ ਹੁਣ ਜਦੋਂ ਨਵਜੋ ਸਿੱਧੂ ਬਾਹਰ ਆਏਗਾ ਹੁਣ ਇੱਕ ਮੁੱਦਿਆਂ ਦੀ ਇੱਕ ਨਵੀਂ ਫਾਈਲ ਉਹ ਲੈ ਕੇ ਆਵੇਗਾ ਇੱਕ ਨਵੀਂ ਜੰਗ ਦੀ ਉਹ ਸ਼ੁਰੂਆਤ ਜ਼ਰੂਰ ਕਰੂਗਾ ਜਿਹਦੇ ਵਿੱਚ ਉਹਨਾਂ ਮੁੱਦਿਆਂ ਦੀ ਪਹਿਲ ਨੂੰ ਹੱਲ ਕਰਾਉਣਾ ਤੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਉੱਤੇ ਉਸ ਦੀ ਝੋਟ ਜਿਹੜੀ ਆ ਸੁਖਵਿੰਦਰ ਜੀ ਬੜੀ ਜ਼ਬਰਦਸਤ ਤਰੀਕੇ ਨਾਲ ਹੋਵੇਗੀ ਔਰ ਇਹ ਗੱਲ ਪੱਕੀ ਆ ਪੰਜਾਬ ਕਾਂਗਰਸ ਦੇ ਜਾ ਪੰਜਾਬ ਦੀ ਜਿਹੜੀ ਸਿਆਸਤ ਹੈ ਮੈਂ ਪੰਜਾਬੀ ਸਿਆਸਤ ਦੀ ਗੱਲ ਕਰਦਾ ਪੰਜਾਬ ਦੀ ਸਿਆਸਤ ਜਿਹੜੀ ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਹੁਣ ਇੱਕ ਨਵਾਂ ਰੁਖ ਜਿਹੜਾ ਯਕੀਨਨ ਤੌਰ ਤੇ ਤੈਅ ਜ਼ਰੂਰ ਕਰੇਗੀ ਕਿਉਂਕਿ ਅਜੇ ਇਦਾਂ ਲੱਗਦਾ ਸੀ ਕਿ ਜੇਕਰ ਭਾਰਤ ਜੂਰੋ ਯਾਤਰਾ ਖਤਮ ਹੁੰਦੀ ਹੈ ਤੀ ਜੂਨ ਨੂੰ ਆਉਂਦੇ ਆ ਤਾਂ ਸ਼ਾਇਦ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਤੇ ਨਵਜੋਤ ਸਿੱਧੂ ਕਿਸੇ ਹੋਰ ਪਾਸੇ ਰੋਝੇ ਪਰ ਆ ਹੁਣ ਜਿਹੜੇ 2 ਮਹੀਨੇ ਉਸਨੇ ਜੇਲ੍ਹ ਦੇ ਵਿੱਚ ਕੱਟਨੇ ਨੇ ਹੋਰ ਇਹਨਾਂ 2 ਮਹੀਨਿਆਂ ਦੇ ਵਿੱਚ ਸੁਖਵਿੰਦਰ ਜੀ ਉਸਨੇ ਹੋਰ ਬਹੁਤ ਕੁਝ ਇਕੱਠਾ ਕਰਦਾ ਜਿਸ ਦਾ ਇਜ਼ਵਾਨਾ ਪੰਜਾਬ ਸਰਕਾਰ ਜਾਂ ਪੰਜਾਬ ਦੀ ਸਿਆਸਤ ਨੂੰ ਅਗ ਆ ਸਕਦਾ ਉਸទី ਦਾ ਹਾਇਦੂ ਲੈ ਕੇ ਜਿੱਥੇ ਅਕਾਲੀ ਦਲ ਖੁਸ਼ੀਆਂ ਮਨਾ ਰਿਹਾ ਹੋਊਗਾ ਖਾਸ ਤੌਰ ਤੇ ਉਸ ਦੇ ਵਿਰੁੱਧ ਕੱਟੜਪੜੋਦੀ ਜਿਸ ਤਰ੍ਹਾਂ ਦੂਜੇ ਪਾਸੇ ਇਹ ਤੁਸੀਂ ਲਾ ਲਓ ਕਿ ਆਪਣੇ ਕਾਂਗਰਸ ਵਾਲੇ ਤੀਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਹਰਪਾਲ ਸਿੰਘ ਚੀਮੇ ਵਰਗੇ ਬੰਦੇ ਵੀ ਜਿਹੜੇ ਕਹਿ ਰਹੇ ਕਿ ਹਾਂ ਭਈ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਸੁਖਵਿੰਦਰ ਜੀ ਉਸ ਦੇ ਅੰਦਰ ਉਸ ਚੀਜ਼ ਨੂੰ ਜ਼ਰੂਰ ਪੈਦਾ ਕਰਦੀਆਂ ਹੋਣਗੀਆਂ ਕਿ ਹਾਂ ਭਈ ਹੁਣ ਮੈਂ ਜਾ ਕੇ ਇੱਕ ਨਵੀਂ ਉਸ جنگ ਨੂੰ ਸ਼ੁਰੂ ਕਰਦਾ ਕਿ ਜਿਹੜੀ ਫਿਰ ਮੁੱਦਿਆਂ ਦੀ ਜੰਗ ਹੋਏਗੀ ਤੇ ਕਿਸ ਤਰੀਕੇ ਨਾਲ ਸਰਕਾਰ ਨੂੰ ਕੇਰਦਾ ਆ ਇਹ ਹੁਣ ਨਿੱਜੀ ਜੰਗ ਨਹੀਂ ਹੋਊਗੀ ਹੁਣ ਲੋਕਾਂ ਦੀ ਜੰਗ ਹੋਊਗੀ ਤੁਸੀਂ ਦੇਖਣਾ ਕਿ ਲੋਕਾਂ ਦਾ ਜਾਂ ਸਮਰਥਕਾਂ ਦਾ ਇੱਕ ਗੜ ਜਿਹੜਾ ਉਦੇ ਦੁਆਲੇ ਹੋਰ ਕਿਸਤਤ ਕੇ ਨਾ ਵਾਦਾਂ ਇਹ ਇੱਕ ਅਜੀਬੋ ਗਰੀਤ ਕਿਸਮ ਦੀ ਗੱਲ ਹੈ ਸੁਖਿੰਦਰ ਜੀ ਬੰਦਾ ਜੇਲ੍ਹ 'ਚ ਬਿਠਾ ਔਰ ਜੇਲ੍ਹ 'ਚ ਬਹਿਣ ਦੇ ਬਾਵਜੂਦ ਵੀ ਉਸਤੇ ਆੜੇ ਤੁਹਾਡੇ ਲੋਕ ਜਿੱਕਰ ਇਕੱਠੇ ਹੁੰਦੇ ਆ ਤਾਂ ਇਹੋ ਹੀ ਉਸਤੇ ਇੱਕ ਅਹਿਮ ਪ੍ਰਾਪਤੀ ਜਿਹੜੀ ਉਹ ਮੰਨੀ ਜਾ ਸਕਦੀ ਹੈ ਜੀ ਜੀ ਬਿਲਕੁਲ ਬਿਲਕੁਲ ਤਾਂ ਸਰ ਤੁਸੀਂ ਸਾਡਾ ਪ੍ਰੋਗਰਾਮ ਦੇ ਵਿੱਚ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਤਾਂ ਇਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਉਹ ਮਨ ਕਰਦੇ ਆ ਕਿ ਅਣਖੀ ਸਾਹਿਬ ਉਹਨਾਂ ਨੇ ਕੀਤੀ ਗੱਲਬਾ